ਅੱਜ 19 ਅਕਤੂਬਰ ਹੈ ਦਿਨ ਵੀਰਵਾਰ ਹੈ 21 ਤੇ 22 ਅਕਤੂਬਰ ਨੂੰ ਪੰਜਾਬ 'ਚ ਫੇਰ ਮੀਂਹ ਦੀ ਸੰਭਾਵਨਾ ਹੈ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਖਾਸ ਸੈਸ਼ਨ ਕੱਲ ਨੂੰ ਸ਼ੁਰੂ ਹੋਵੇਗਾ ਕੱਲ ਨੂੰ ਕਿਸਾਨ ਵੀ ਮੁਹਾਲੀ ਦੇ ਵਿੱਚ ਬੋਲਣਗੇ ਜ਼ੋਰਦਾਰ ਹੱਲਾ ਨਿੱਜਰ ਮਾਮਲੇ ਤੇ ਆਸਟ੍ਰੇਲੀਆ ਦੇ ਖੁਫੀਆ ਮੁਖੀ ਨੇ ਕੈਨੇਡਾ ਦੇ ਹੱਕ ਵਿੱਚ ਲਿਆ ਤਕੜਾ ਸਟੈਂਡ ਪੰਜਾਬ ਬੀਜੇਪੀ ਨੇ ਐਸਵੀਐਲ ਨਹਿਰ ਖਿਲਾਫ ਮਤਾ ਪਾਸ ਕੀਤਾ ਅਕਾਲੀ ਦਲ ਨੇ 1 ਨਵੰਬਰ ਨੂੰ ਫੇਰ ਐਸਵਾਈਐਲ ਨਹਿਰ ਬਣਾਉਣ ਦੇ ਲਈ ਸਰਵੇ ਸ਼ੁਰੂ ਕਰਵਾਉਣ ਦਾ ਕੀਤਾ ਦਾਵਾ ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਕੀਤਾ ਬਚਾ ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ਤੇ ਕਿਹਾ ਕਿ ਉਹਨਾਂ ਦਾ ਇਹ ਮਤਲਬ ਸੀ ਕਿਸੇ ਦਾ ਹੱਕ ਨਾ ਮਾਰਿਆ ਜਾਵੇ ਐਸਜੀਪੀਸੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ 8 ਨਵੰਬਰ ਨੂੰ ਹੋਵੇਗੀ ਚੋਣ ਜੱਜ ਸਾਹਿਬ ਕੀਤੀ ਫੈਸਲਾ ਕਰੋ ਕਿਤੇ ਇਨਸਾਫ ਉਡੀਕ ਦੇ ਉਡੀਕ ਦੇ ਜਹਾਨ ਤੋਂ ਨਾ ਚਲੇ ਜਾਈਏ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਜੱਜ ਨੂੰ ਅੱਜ ਹੱਥ ਜੋੜ ਕੇ ਅਦਾਲਤ ਵਿੱਚ ਕੀਤੀ ਬੇਨਤੀ ਜੱਜ ਸਾਹਿਬ ਨੇ ਕਿਹਾ ਕਿ ਹਰ ਪੇਸ਼ੀ ਤੇ ਆਇਆ ਕਰੋ ਛੇਤੀ ਇਨਸਾਫ ਹੋਵੇਗਾ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਭਾਰਤ ਅਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਮੌਸਮ ਦੀ ਭਵਿੱਖਬਾਣੀ ਫੇਰ ਥੋੜੀ ਜੀ ਬਦਲੀ ਹੈ ਕੱਲ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਰ ਉਸ ਤੋਂ ਬਾਅਦ 21 ਤੇ 22 ਅਕਤੂਬਰ ਨੂੰ ਪੰਜਾਬ ਚ ਕਿਤੇ-ਕਿਤੇ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਆਈ ਹੈ ਉਸ ਤੋਂ ਬਾਅਦ 23 ਤੋਂ ਆਮ ਵਾਂਗੂ ਖੁਸ਼ਕ ਰਹੇਗਾ ਪਿਛਲੇ ਦਿਨਾਂ ਦੌਰਾਨ ਪੰਜਾਬ ਚ ਵਈ ਮੀ ਕਾਰਨ ਖਰਾਬ ਹੋਈਆਂ ਫਸਲਾਂ ਦੇ ਮੁੱਦੇ ਤੇ ਸ਼੍ਰੋਮਣੀ ਕਾਲੇਦਾਲ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇੜਦਿਆਂ ਕਿਹਾ ਕਿ ਨਾ ਪਹਿਲਾਂ ਗੁਲਾਬੀ ਸੁੰਢੀ ਦਾ ਨਾ ਗੜੇਮਾਰੀ ਦਾ ਨਾ ਹੀ ਹੜਾਂ ਦਾ ਕੋਈ ਮੁਆਵਜ਼ਾ ਕਿਸਾਨਾਂ ਮਜ਼ਦੂਰਾਂ ਤੱਕ ਹਾਲੇ ਤੱਕ ਪਹੁੰਚਿਆ ਉੱਤੋਂ ਹੁਣ ਮੰਡੀਆਂ 'ਚ ਪਈ ਫਸਲ ਦੀ ਮੀਂਹ ਕਰਕੇ ਮਾੜੀ ਦੁਰਦਸ਼ਾ ਹੋ ਰਹੀ ਹੈ ਯਾਦ ਹੈ ਭਗਵੰਤ ਜੀ ਤੁਸੀਂ ਐਲਾਨ ਕੀਤਾ ਸੀ ਕਿ ਮੰਡੀ ਵਿੱਚ ਆਈ ਫਸਲ ਸਰਕਾਰ ਦੀ ਹੈ ਫਿਰ ਚਾਹੇ ਮੀਂਹ ਨਾਲ ਭਿੱਜ ਜਾਵੇ ਜਾਂ ਕੋਈ ਹੋਰ ਨੁਕਸਾਨ ਹੋ ਜਾਵੇ ਕਿਸਾਨਾਂ ਨੂੰ ਪੂਰਾ ਮੁੱਲ ਮਿਲੇਗਾ ਕੋਈ ਤਾਂ ਵਾਅਦਾ ਪੂਰਾਓ ਇਸ਼ਤਿਹਾਰਾਂ ਤੇ ਪੈਸਾ ਨਾ ਵਹਾਓ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ 'ਚ ਕੀਤੇ 150 ਰੁਪਏ ਦੇ ਵਾਅਦੇ ਨੂੰ ਪੰਜਾਬ ਸਰਕਾਰ ਸਮੇਤ ਪੰਜਾਬ ਦੇ ਕਿਸਾਨ ਲੀਡਰਾਂ ਨੇ ਵੀ ਰੱਦ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਮੇਂ ਦੌਰਾਨ ਕੁਦਰਤੀ ਮਾਰਾਂ ਝੱਲਣੀਆਂ ਪਈਆਂ, ਖੇਤੀ ਲਾਗਤਾਂ ਵੀ ਕਈ ਗੁਣਾ ਵਧ ਗਈਆਂ ਨੇ ਪਰ ਕੇਂਦਰ ਨੇ ਲਾਗਤਾਂ ਦੇ ਲਿਹਾਜ਼ ਨਾਲ ਭਾਅ 'ਚ ਵਾਅਦਾ ਨਹੀਂ ਕੀਤਾ। ਕੇਂਦਰ ਦੀ ਨੀਅਤ ਕਿਸਾਨ ਮਾਰੂ ਹੈ। ਕਿਸਾਨ ਲੀਡਰਾਂ ਨੇ ਵੀ ਕਿਹਾ ਕਿ ਜਦੋਂ ਹਾੜੀ ਦੀ ਫਸਲ ਦੇ ਲਾਗਤ ਖਰਚਿਆਂ ਤੇ ਨਜ਼ਰ ਮਾਰਦੇ ਹਾਂ ਤਾਂ ਕੇਂਦਰ ਵੱਲੋਂ ਕਣਕ ਦੇ ਭਾਅ ਵਿੱਚ ਚਲਾਣਿਆ ਵਾਅਦਾ ਨਿਗੂਣਾ ਜਾਪਦਾ ਹੈ। ਦਰਅਸਲ ਭਾਰਤ ਸਰਕਾਰ ਦੇ ਵੱਲੋਂ ਕਣਕ ਦੇ ਭਾਅ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਐਲਾਨੇ ਜਾਣ ਤੋਂ ਬਾਅਦ ਕਣਕ 2275 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ਯਾਨੀ ਕਿ ਘੱਟੋ ਘੱਟ ਸਮਰਥਨ ਮੁੱਲ ਹੁਣ 2275 ਰੁਪਏ ਹੋਏਗਾ ਇਸ ਤੋਂ ਘੱਟ ਕਣਕ ਨਹੀਂ ਵਿਕ ਸਕਦੀ ਨਹੀਂ ਖਰੀਦੀ ਜਾ ਸਕਦੀ ਇਸ ਤੋਂ ਵੱਧ ਜਿੰਨੀ ਮਰਜ਼ੀ ਹੋ ਜਾਵੇ ਤੇ ਇੱਕ ਅਹਿਮ ਗੱਲ ਇਹ ਵੀ ਤੁਹਾਨੂੰ ਦੱਸ ਦਿੰਨੇ ਹਾਂ ਕਿ ਮੋਦੀ ਸਰਕਾਰ ਨੂੰ ਦੇਸ਼ ਵਿੱਚ ਬਣੇ ਹੋਏ 9 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਤੇ 9 ਸਾਲਾਂ ਦੇ ਵਿੱਚ ਕਣਕ ਦਾ ਜਿਹੜਾ ਮੁੱਲ ਹੈ ਕਣਕ ਦਾ ਘੱਟੋ ਘੱਟ ਸਮਰਥਨ ਮool ਹੈ ਉਹ ਸਿਰਫ 875 ਰੁਪਏ ਹੀ ਵਧਿਆ ਹੈ 9 ਸਾਲਾਂ ਦੇ ਵਿੱਚ ਯਾਨੀ ਕਿ ਹਰੇਕ ਸਾਲ 100 ਰੁਪਏ ਵੀ ਨਹੀਂ ਵਧਿਆ ਐਸਵਾਈਐਲ ਸਮੇਤ ਪੰਜਾਬ ਦੇ ਹੋਰ ਮੁੱਦਿਆਂ ਤੇ ਬੁਲਾਇਆ ਪੰਜਾਬ ਵਿਧਾਨ ਸਭਾ ਦਾ ਖਾਸ ਸੈਸ਼ਨ ਕੱਲ ਨੂੰ ਸ਼ੁਰੂ ਹੋਵੇਗਾ ਹਾਲਾਂਕਿ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਵਾਰ ਵੀ ਸੈਸ਼ਨ ਤੇ ਸਵਾਲ ਖੜੇ ਕਰਦੇ ਕਿਹਾ ਸੀ ਕਿ ਬਿਨਾ ਮਨਜ਼ੂਰੀ ਦਾ ਇਹ ਸੈਸ਼ਨ ਗੈਰ ਕਾਨੂੰਨੀ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਨੂੰ ਕਾਨੂੰਨੀ ਦੱਸਿਆ ਸੀ ਕਿ ਪਿਛਲਾ ਸੈਸ਼ਨ ਅਸੀਂ ਸਮਾਪਤੀ ਨਹੀਂ ਕੀਤਾ ਮੁਲਤਵੀ ਕੀਤਾ ਸੀ ਤੇ ਹੁਣ ਫੇਰ ਉਸੇ ਸੈਸ਼ਨ ਨੂੰ ਬੁਲਾ ਲਿਆ ਤਾਂ ਇਹ ਬਿਲਕੁਲ ਕਾਨੂੰਨੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਨਜ਼ੂਰੀ ਲਈ ਭੇਜੇ ਗੇ ਦੋ GST ਸੋਧ ਬਿਲਾਾਂ ਤੇ ਵੀ ਇਤਰਾਜ਼ ਲਾ ਦਿੱਤੇ ਨੇ ਕਿ ਆਖਿਰਕਾਰ ਇਹਨਾਂ ਬਿਲਾਾਂ ਦੇ ਪਾਸ ਕਰਨ ਦੇ ਵਿੱਚ ਇੰਨੀ ਦੇਰੀ ਕਿਉਂ ਇਹ ਮਨੀ ਬਿੱਲ ਕੱਲ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਖਾਸ اجلاس ਦੇ ਵਿੱਚ ਪੇਸ਼ ਕੀਤੇ ਜਾਣੇ ਨੇ ਤੇ ਰਾਜਪਾਲ ਦੇ ਇਨਾ ਇਤਰਾਜ਼ਾਂ ਤੋਂ ਬਾਅਦ ਇੱਕ ਨਵੇਂ ਵਿੱਤੀ ਵਿਵਾਦ ਦਾ ਮੁੱਢ ਹੈ ਜਿਹੜਾ ਉਹ ਪੰਜਾਬ 'ਚ ਵੱਜ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਪੂਰੀ ਉਮੀਦ ਸੀ ਕਿ ਕੇਂਦਰ ਸਰਕਾਰ ਨਾਲ ਜੁੜੇ ਜੀਐਸਟੀ ਸੋਧ ਬਿੱਲ ਦੇ ਰਾਹ ਦੇ ਵਿੱਚ ਰਾਜਪਾਲ ਕੋਈ ੜਕਕਾ ਨਹੀਂ ਡਾਉਣਗੇ ਤੇ ਰਾਜਪਾਲ ਇਸ ਵਿਲ ਨੂੰ ਪ੍ਰਵਾਨਗੀ ਦੇਣਗੇ ਪਰ ਸਰਕਾਰ ਦੀ ਜਿਹੜੀ ਜਿਹੜੀ ਜਿਹੜਾ ਮੰਨਣਾ ਸੀ ਉਹ ਬਿਲਕੁਲ ਜਿਹੜਾ ਹੈਗਾ ਪੂਰਾ ਨਹੀਂ ਹੋਇਆ ਤੇ ਸਰਕਾਰ ਹੁਣ ਇਸ ਅੜਿੱਕੇ ਨੂੰ ਦੂਰ ਕਰਨ ਦੇ ਵਿੱਚ ਵੀ ਜੁਟ ਗਈ ਹੈ ਕੱਲ ਦੀ ਇੱਕ ਹੋਰ ਅਹਿਮ ਖਬਰ ਇਹ ਹੈ ਕਿ ਕੱਲ ਵੀ 1 ਅਕਤੂਬਰ ਨੂੰ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਯੁਕਤ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਈ ਦੇ ਵਿੱਚ ਮੋਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਮ੍ਰਿਤ ਸਾਹਿਬ ਵਿਖੇ ਪੰਜਾਬ ਹਰਿਆਣਾ ਤੇ Rajasthan ਤੋਂ ਹਜ਼ਾਰਾਂ ਕਿਸਾਨਾਂ ਦੇ ਹੇ ਹੋਣ ਦਾ ਪ੍ਰੋਗਰਾਮ ਹੈ ਯਾਨੀ ਕਿ ਇੱਕ ਵੱਡੀ ਰੈਲੀ ਇੱਥੇ ਕੀਤੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਕਿਸਾਨੀ ਮੰਗਾਂ ਇਸ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਗੁਲਾਬੀ ਸੁੰਢੀ ਕੰਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਤੇ ਪਿਛਲੇ ਦਿਨਾਂ ਦੇ ਵਿੱਚ ਪਏ ਮੀਂਹ ਕਾਰਨ ਨੁਕਸਾਨੀ ਗਈ ਬਾਸਮਤੀ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਆਵਾਜ਼ ਬੁਲੰਦ ਕਰਨਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਡੀ ਗਿਣਤੀ ਵਿੱਚ ਆਪਣੇ ਹਜ਼ਾਰਾਂ ਵਰਕਰਾਂ ਦੇ ਨਾਲ ਇਸ ਵੱਡੀ ਰੈਲੀ ਦੇ ਵਿੱਚ ਸ਼ਾਮਿਲ ਹੋਵੇਗੀ ਜਗਜੀਤ ਸਿੰਘ ਡੱਲੇਵਾਲ ਇਸ ਪੂਰੇ ਮੋਰਚੇ ਦੀ ਅਗਵਾਈ ਕਰ ਰਹੇ ਨੇ ਤੇ ਇਹਨਾਂ ਜਥੇਬੰਦੀਆਂ ਦੇ ਮੋਹਾਲੀ ਚਲੋ ਸੱਦੇ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੂਰਨ ਹਮਾਇਤ ਕੀਤੀ ਹੈ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਸਾਡੀ ਜਥੇਬੰਦੀ ਵੀ ਹਮ ਹਮਾ ਕੇ ਇਸ ਰੈਲੀ ਵਿੱਚ ਪਹੁੰਚੇਗੀ ਜੋ ਜਥੇਬੰਦੀਆਂ ਨੇ ਸਾਂਝਾ ਫੈਸਲਾ ਕੀਤਾ ਵਾ ਕਿ ਅਸੀਂ ਜਿਹੜਾ 20 ਤਰੀਕ ਨੂੰ ਕਿਸਾਨ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਮੜ ਰਹੇ ਰੈਲੀ ਕਰ ਰਹੇ ਨਾਨ ਪੋਲਿਟਿਕਲ ਐਸਕੇਐਮ ਜਿਹੜਾ ਡੱਲੇਵਾਲ ਸਾਹਿਬ ਦੇ ਨਾਂ ਤੇ ਮੁਖਾਤਬ ਹੁੰਦਾ ਉਹਨਾਂ ਦੀਆਂ ਸਾਰੀਆਂ ਮੰਗਾਂ ਦੀ ਹਮਾਇਤ ਕਰਦੇ ਆਂ ਅਰ ਸਰਕਾਰ ਕੋ ਮੰਗ ਕਰਦੇ ਆਂ ਕਿ ਉਹ ਵਾਜਬ ਤੇ ਜਾਇਜ਼ ਮੰਗਾਂਵਾ ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹੀਆਂ ਉਹਨਾਂ ਨੂੰ ਤੁਰੰਤ ਜੜਾਵਾ ਉਹ ਮੰਨਿਆ ਜਾਵੇ ਕੈਨੇਡਾ ਦੇ ਸਰੀ ਵਿੱਚ ਵਾਪਰੇ ਹਰਦੀਪ ਸਿੰਘ ਨਿੱਜਰ ਕਾਂਡ ਦੇ ਵਿੱਚ ਹੁਣ ਆਸਟ੍ਰੇਲੀਆ ਨੇ ਵੀ ਕੈਨੇਡਾ ਦਾ ਜ਼ੋਰਦਾਰ ਤਰੀਕੇ ਦੇ ਨਾਲ ਪੱਖ ਪੂਰਿਆ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਸ ਕਾਂਡ ਦੇ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਘਰੇਲੂ ਖੁਫੀ ਏਜੰਸੀ ਦੇ ਮੁਖੀ ਮਾਈਕ ਬਰਗੇਸ ਨੇ ਕਿਹਾ ਕਿ ਕੈਨੇਡਾ ਵੱਲੋਂ ਲਾਏ ਇਲਜ਼ਾਮਾ ਨੂੰ ਨਾ ਮੰਨਣ ਦਾ ਕੋਈ ਕਾਰਨ ਹੀ ਨਹੀਂ ਹੈ ਯਾਨੀ ਕਿ ਆਸਟ੍ਰੇਲੀਆ ਦੇ ਖੁਫੀਆ ਮੁਖੀ ਨੇ ਸਿੱਧੇ ਤੌਰ ਤੇ ਕੈਨੇਡਾ ਦੇ ਹੱਕ ਵਿੱਚ ਸਟੈਂਡ ਲਿਆ ਤੇ ਆਖਿਆ ਕਿ ਕੈਨੇਡਾ ਜੋ ਕਹਿ ਰਿਹਾ ਉਸ ਤੇ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ ABC ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਮਾਈਕ ਬਰਗੈਸ ਨੇ ਕਿਹਾ ਕਿ ਇੱਕ ਮੁਲਕ ਦੇ ਵੱਲੋਂ ਦੂਸਰੇ ਮੁਲਕ ਵਿੱਚ ਉੱਥੋਂ ਦੇ ਨਾਗਰਿਕਾਂ ਨੂੰ ਖਤਮ ਕਰਵਾਉਣ ਦਾ ਬਹੁਤ ਗੰਭੀਰ ਮਾਮਲਾ ਹੈ ਜੇ ਕੋਈ ਸਾਡੇ ਮੁਲਕ ਵਿੱਚ ਆ ਕੇ ਸਾਡੇ ਨਾਗਰਿਕ ਨੂੰ ਮਾਰਦਾ ਹੈ ਜਾਂ ਉਸ ਦੀ ਯੋਜਨਾ ਬਣਾਉਂਦਾ ਹੈ ਤਾਂ ਹੀ ਤਾਂ ਅਸੀਂ ਉਸ ਨਾਲ ਇਸੇ ਤਰੀਕੇ ਨਾਲ ਨਜਿੱਠਾਂਗੇ ਬਰਗੇਸ ਕੈਲੀਫੋਰਨੀਆ ਦੇ ਵਿੱਚੋਂ ਫਾਈਵ ਆਇਜ਼ ਖੁਫੀਆ ਗਰੁੱਪ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ ਇਸ ਗਰੁੱਪ ਦੇ ਵਿੱਚ ਕੈਨੇਡਾ ਤੇ ਆਸਟ੍ਰੇਲੀਆ ਵੀ ਮੈਂਬਰ ਨੇ a serious allegation and something that we don't do and something that nations should not do ਪੰਜਾਬ ਤੇ ਹਰਿਆਣਾ ਦੀ ਸਿਆਸਤ ਦੇ ਵਿੱਚ ਇਸ ਵਕਤ ਮੋੜ ਤੋਂ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਭਖਿਆ ਹੋਇਆ ਹੈ ਜਿਸ ਨੂੰ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੀਆਂ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਐਸਵਾਈਐਲ ਤੇ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਨੇ ਮਤਾ ਪਾਸ ਕਰ ਦਿੱਤਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਧਰਤੀ ਹੇਟਲੇ ਪਾਣੀ ਦੀ ਗੰਭੀਰ ਘਾਟ ਨਾਲ ਪੰਜਾਬ ਜੂਝ ਰਿਹਾ ਹੈ ਪਾਰਟੀ ਦੀ ਕੋਰ ਕਮੇਟੀ ਦੇ ਮETING ਸੁਭਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈ ਮਤੇ ਵਿੱਚ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਦ੍ਰਿੜ ਸੰਕਲਪ ਲਿਆ ਗਿਆ ਮਤੇ ਵਿੱਚ ਲਿਖਿਆ ਗਿਆ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਉਮੀਦ ਵਿੱਚ ਆਵਾਦਮੀ ਪਾਰਟੀ ਨੂੰ ਭਾਰੀ ਚੋਣ ਫਤਵਾ ਦਿੱਤਾ ਪਰ ਇਸ ਦੀ ਬਜਾਏ ਵਿਸ਼ਵਾਸ ਘਾਤ ਕੀਤਾ ਜਾ ਰਿਹਾ ਹੈ ਇਸ ਮਤੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਗਈ ਕਿ ਉਹ ਪੰਜਾਬ ਦੇ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਦੇ ਅਹਿਮ ਹਿੱਤਾਂ ਦੀ ਰਾਖੀ ਕਰਨ ਜਾਂ ਫਿਰ ਅਸਤੀਫਾ ਦੇ ਦੇਣ ਇਹ ਭਾਜਪਾ ਨੇ ਮਤਾ ਪਾਸ ਕੀਤਾ ਇਸ ਆਧਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਹਰਿਆਣਾ ਤਾਂ ਬਿਨਾ ਐਸਵਾਈਐਲ ਤੋਂ ਹੀ ਪਾਣੀ ਦੀ ਵੱਧ ਵਰਤੋਂ ਕਰ ਰਿਹਾ ਹੈ ਯਾਨੀ ਕਿ ਪੰਜਾਬ ਤੋਂ ਵੱਧ ਪਾਣੀ ਤਾਂ ਹਰਿਆਣਾ ਵਰਤ ਰਿਹਾ ਹੈ ਹੁਣ ਕਹਿੰਦੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਤੇ ਮੁੱਖ ਮੰਤਰੀ ਨੇ ਉਹਨਾਂ ਨੂੰ ਐਸਵਾਈਐਲ ਦੇ ਮੁੱਦੇ ਤੇ ਚਰਚਾ ਕਰਨ ਲਈ ਸੱਦਾ ਦਿੱਤਾ ਸੀ ਪਰ ਜਦੋਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੋਂ ਪੱਤਰਕਾਰਾਂ ਨੇ ਇਸ ਮੁੱਦੇ ਬਾਰੇ ਪੁੱਛਿਆ ਤਾਂ ਉਹ ਡਟ ਕੇ ਕਹਿ ਰਹੇ ਨੇ ਕਿ ਹਰਿਆਣਾ ਨੂੰ ਉਸਦੇ ਹਿੱਸੇ ਦਾ ਪਾਣੀ ਮਿਲੇਗਾ ਕਹਿੰਦੇ ਪੰਜਾਬ ਬੀਜੇਪੀ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨਾਲ ਇੱਕ ਕਾਨਫਰੰਸ ਕਰੇਗੀ ਜਿਹਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਹੱਲ ਲੱਭਿਆ ਜਾਵੇਗਾ ਸੁਨੀਲ ਜਾਖੜ ਨੇ ਸਖਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਇਟ ਇਜ਼ ਰਿਸੋਲਵਡ ਥੈਟ ਬੀਜੇਪੀ ਪੰਜਾਬ ਵਿਲ ਰਿਲੈਂਟਲੈਸਲੀ ਅਪੋਜ਼ ਐਂਡ ਮੇਕ ਐਵਰੀ ਸੈਕਰੀਫਾਈਸ ਟੂ ਪ੍ਰੀਵੈਂਟ ਕੰਸਟਰਕਸ਼ਨ ਆਫ ਐਸਵਾਈਐਲ ਔਰ ਐਨੀ ਨਿਊ ਵਾਟਰ ਕੈਰੀਅਰ ਚੈਨਲ ਫਾਰ ਕੈਰੀਿੰਗ ਪੰਜਾਬਜ਼ ਵਾਟਰ ਟੂ ਮਾਨ ਰਾਈਪੇਰੀਅਨ ਸਟੇਕਸ ਹਰ ਇੱਕ ਕਿਸਮ ਦਾ ਜੋ ਵੀ ਸਾਨੂੰ ਲੋੜ ਪਈ ਅਸੀਂ ਉਪਰਾਲਾ ਕਰਾਂਗੇ ਨਾ ਐਸਵਾਈਐਲ ਨਹਿਰ ਬਣ ਦਾਂਗੇ ਨਾ ਸਾਡਾ ਪਾਣੀ ਇਹਨਾਂ ਸੂਬਿਆਂ ਨੂੰ ਜਾਣ ਦਾਂਗੇ ਜਾਖੜ ਨੇ ਕਿਹਾ ਕਿ ਐਸਵਾਈਐਲ ਤੋਂ ਬਿਨਾ ਹੀ ਹਰਿਆਣਾ ਨੂੰ ਇਸ ਵਕਤ 13.3 ਐਮਐਫ ਪਾਣੀ ਮਿਲ ਰਿਹਾ ਜਦਕਿ ਪੰਜਾਬ ਨੂੰ 12.24 ਐਮਐਫ ਪਾਣੀ ਮਿਲ ਰਿਹਾ ਹੈ ਪੰਜਾਬ ਨੂੰ 60 ਫੀਸਦੀ ਦੇ ਅਨੁਪਾਤ ਨਾਲ ਉਹਦਾ ਹੱਕ ਮਿਲਣਾ ਚਾਹੀਦਾ ਪਰ ਨਹੀਂ ਮਿਲ ਰਿਹਾ ਫਿਰ ਕਹਿੰਦੇ ਕਿਹੜਾ ਪਾਣੀ ਹਰਿਆਣੇ ਨੂੰ ਦੇਣ ਦੀ ਗੱਲ ਕਰ ਰਹੇ ਨੇ ਤੁਹਾਡੇ ਪੰਜਾਬ ਦੀਆਂ ਵੋਟਾਂ ਨਾਲ ਬਣੇ ਸੰਸਦ ਸੰਦੀਪ ਪਾਠਕ ਜੀ ਅੰਕੜੇ ਪਹਿਲਾਂ ਖੁਦ ਵੀ ਪੜ ਲਿਆ ਕਰੋ ਤੇ ਇਹਨਾਂ ਨੂੰ ਵੀ ਪੜਾਇਆ ਕਰੋ ਭਗਵੰਤ ਮਾਨ ਜੀ ਪੰਜਾਬ ਮੰਗਦਾ ਜਵਾਬ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸੰਦੀਪ ਪਾਠਕ ਤੇ ਵਰਦਿਆ ਇਹ ਟਵੀਟ ਵੀ ਕੀਤਾ ਸੀ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਵੀ ਐਸਵਾਈਐਲ ਤੇ ਕੀਤਾ ਇੱਕ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਲਕੌਰ ਸਿੰਘ ਨੇ ਆਪਣੇ ਐਕਸ ਅਕਾਊਂਟ ਤੇ ਪੋਸਟ ਦੇ ਵਿੱਚ ਇੱਕ ਵੀਡੀਓ ਸਾਂਝੀ ਕਰਕੇ ਉਹਦੇ ਨਾਲ ਜਿਹੜੀ ਕੈਪਸ਼ਨ ਲਿਖੀ ਹੈ ਉਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਉਹਨਾਂ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ਦੇ ਵਿੱਚ ਮੂਸੇਵਾਲੇ ਦੇ ਗੀਤ ਦੀਆਂ ਕੁਝ ਸਤਰਾਂ ਲਿਖੀਆਂ ਜੋ ਰਾਜ ਸਭਾ ਹੋਇਆ ਜ਼ਿੰਮੇਵਾਰ ਦੱਸੋ ਕੌਣ ਹੁਣ ਮੈਨੂੰ ਲੋਕੋ ਗਰਦਾਰ ਦੱਸੋ ਕੌਣ ਉਹਨਾਂ ਨੇ ਲਿਖਿਆ ਕਿ ਮੇਰੇ ਪੁੱਤਰ ਦਿਆਂ ਇਹਨਾਂ ਲਾਈਨਾਂ ਵੇਲੇ 92 ਗੁੰਗਿਆ ਨੇ ਟਵੀਟ ਕੀਤੇ ਸੀ ਅੱਜ ਇੱਕ ਵੀ ਬੋਲਿਆ ਹੋਵੇ ਤਾਂ ਦੱਸ ਦਿਓ ਦੇ ਨਾਲ ਸਾਂਝੀ ਕੀਤੀ ਵੀਡੀਓ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਲੀਡਰ ਸੰਦੀਪ ਪਾਠਕ ਨਜ਼ਰ ਆ ਰਹੇ ਨੇ ਜੋ ਕਿ ਰਾਜ ਸਭਾ ਦੇ ਅੰਦਰ ਵੀ ਪੰਜਾਬ ਹਰਿਆਣਾ ਵਿਚਾਲੇ ਐਸਵਾਈਐਲ ਦੇ ਮੁੱਦੇ ਤੇ ਬੋਲ ਰਹੇ ਨੇ ਕਿ ਪੰਜਾਬ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈ ਦੋ ਸੂਬਿਆਂ ਦਾ ਮੁੱਦਾ ਹੈ ਇਸ ਲਈ ਪਾਣੀ ਦੇਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਯਾਨੀ ਕਿ ਰਾਜ ਸਭਾ ਦੇ ਵਿੱਚ ਵੀ ਸੰਦੀਪ ਪਾਠਕ ਹਰਿਆਣਾ ਦੇ ਲਈ ਪਾਣੀ ਦੀ ਵਕਾਲਤ ਕਰ ਚੁੱਕੇ ਨੇ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਪੰਜਾਬ ਦੇ ਆਮ ਆਦਮੀ ਪਾਰਟੀ ਇਹ ਦੇ ਮੈਂਬਰ ਨੇ ਇਹ ਰਾਜ ਸਭਾ ਮੈਂਬਰ ਕੇਐਸਵੀਐਲ ਦੇ ਮੁੱਦੇ ਤੇ ਤੁਹਾਡਾ ਕੀ ਸਟੈਂਡ ਹੈ ਕਹਿੰਦੇ ਕਿ ਦੋਵਾਂ ਸੂਬਿਆਂ ਦਾ ਹੱਕ ਹੈ ਤੇ ਹਰਿਆਣਾ ਨੂੰ ਵੀ ਪਾਣੀ ਮਿਲਣਾ ਚਾਹੀਦਾ ਹੈ ਇਸ ਕਰਕੇ ਮੋਸੇ ਵਾਲੇ ਦੇ ਪਿਤਾ ਇੱਕ ਰਾਜ ਸਭਾ ਦੇ ਵਿੱਚ ਬੋਲਿਆ ਉਹਨਾਂ ਦਾ ਬਿਆਨ ਕੱਢ ਕੇ ਲਿਆਏ ਨੇ ਜਿਸ ਦੇ ਜ਼ਰੀਏ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਤੰਜ ਕਸੇ ਨੇ ਤੇ ਆਪ ਲੀਡਰਾਂ ਨੂੰ ਗੁੰਗੇ ਤੱਕ ਕਹਿ ਦਿੱਤਾ ਮੂਸੇ ਵਾਲੇ ਨੇ ਜਦੋਂ ਗਾਣਾ ਗਾਇਆ ਸੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹਦੇ ਵਿੱਚ ਮੂਸੇ ਵਾਲੇ ਨੇ ਇਹ ਜਿਹੜੀਆਂ ਲਾਈਨਾਂ ਬੋਲੀਆਂ ਸੀ ਜਿਹੜੀਆਂ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਹੁਣ ਕਹਿੰਦੇ ਕਿ 92 ਦੇ 92 ਵਿਧਾਇਕ ਗੁੰਗੇ ਹੋਗੇ ਨੇ ਐਸਵਾਈਐਲ ਦੇ ਮੁੱਦੇ ਤੇ ਜਿਹੜਾ ਬਿਆਨ ਦਿੱਤਾ ਸੰਦੀਪ ਪਾਠਕ ਨੇ ਉਹ ਤੇ ਬੋਲਦੇ ਕਿਉਂ ਨਹੀਂ ਸਿੱਧੂ ਮੂਸੇਵਾਲੇ ਨੇ ਜਹਾਨ ਨੂੰ ਜਾਣ ਤੋਂ ਪਹਿਲਾਂ ਐਸਵਾਈਐਲ ਗਾਣਾ ਵੀ ਲਿਖਿਆ ਤੇ ਗਾਇਆ ਸੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਰਿਲੀਜ਼ ਹੋਇਆ ਭਾਵੇਂ ਸਰਕਾਰ ਨੇ ਭਾਰਤ ਵਿੱਚ ਇਹਨੂੰ ਬੈਨ ਕੀਤਾ ਹੋਇਆ ਹੈ ਪਰ ਉਸ ਗਾਣੇ ਨੇ ਬੱਚੇ-ਬੱਚੇ ਨੂੰ ਦੱਸ ਦਿੱਤਾ ਸੀ ਕਿ ਐਸਵਾਈਐਲ ਦਾ ਮੁੱਦਾ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਜਿਹੜੀ ਇਸੇ ਮੁੱਦੇ ਤੇ ਖੁੱਲੀ ਬਹਿਸ ਸੱਦੀ ਹੋਈ ਹੈ ਉਹਦੇ ਵਿੱਚ ਪਹੁੰਚਣ ਲਈ ਕੋਈ ਵਿਰੋਧੀ ਲੀਡਰ ਤਾਂ ਪਹਿਲਾਂ ਕੋਈ ਕੰਨਾਂ ਨਹੀਂ ਲਾ ਰਿਹਾ ਤੇ ਹੁਣ ਇੱਕ ਹੋਰ ਸਮੱਸਿਆ ਆਣ ਪਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਵੀ 1 ਨਵੰਬਰ ਨੂੰ ਇੱਥੇ ਪਹੁੰਚੇ ਸੀਐਮ ਨੂੰ ਮਿਲਣਾ ਚਾਹੁੰਦੇ ਨੇ ਉਹਨਾਂ ਨੇ ਮੁੱਖ ਮੰਤਰੀ ਵੱਲੋਂ ਉਹਨਾਂ ਦੀ ਗੱਲ ਨਾ ਸੁਣ ਤੇ ਰੋਸ ਪ੍ਰਦਰਸ਼ਨ ਦੀ ਚੇਤਾਵਨੀ ਵੀ ਦਿੱਤੀ ਹੈ ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਹ ਲੰਬੇ ਸਮੇਂ ਤੋਂ ਖੇਤੀਬਾੜੀ ਮਾਸਟਰਾਂ ਦੀ ਭਰਤੀ ਦੀ ਮੰਗ ਕਰਦੇ ਆ ਰਹੇ ਨੇ ਤੇ ਮੁੱਖ ਮੰਤਰੀ ਨੇ ਭਰੋਸਾ ਵੀ ਦਿੱਤਾ ਸੀ ਚੋਣਾ ਤੋਂ ਪਹਿਲਾਂ ਵੀ ਭਰੋਸਾ ਦਿੱਤਾ ਸੀ ਉਸ ਤੋਂ ਬਾਅਦ ਵੀ ਬੋਲੇ ਸੀ ਪਰ ਹਾਲੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇ 1 ਨਵੰਬਰ ਨੂੰ ਖੇਤੀਬ ਵਾਲੀ ਬਹਿਸ ਦੌਰਾਨ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਨੰਦ ਦਿੱਤਾ ਤਾਂ ਉਹ ਰੋਸ ਪ੍ਰਗਟ ਕਰਨਗੇ ਉਧਰ ਸ਼੍ਰੋਮਣੀ ਅਕਾਲੀ ਦਲ ਨੇ ਫੇਰ ਕਿਹਾ ਕਿ ਭਗਵੰਤ ਮਾਨ 1 ਨਵੰਬਰ ਨੂੰ ਇੱਕ ਪਾਸੇ ਬਹਿਸ ਦਾ ਡਰਾਮਾ ਕਰਕੇ ਲੋਕਾਂ ਦਾ ਧਿਆਨ ਭਟਕਾਉਣਗੇ ਦੂਸਰੇ ਪਾਸੇ ਐਸਵਾਈਐਲ ਨਹਿਰ ਬਣਾਉਣ ਦੇ ਲਈ ਸਰਵੇ ਸ਼ੁਰੂ ਕਰਵਾਉਣਗੇ ਸਰਵੇ ਕਹਿੰਦੇ ਅਸੀਂ ਹੁਣ ਨਹੀਂ ਦੇਵਾਂਗੇ ਜਿੰਨੇ ਮਰਜ਼ੀ ਡਰਾਮੇ ਕਰ ਲੈਣ ਉਧਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਸੰਦੀਪ ਪਾਠਕ ਦਾ ਪੱਖ ਪੂਰਿਆ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕਾਂਗਨੀ ਕਹਿੰਦੇ ਕਿ ਪਾਠਕ ਨੇ ਕੁਝ ਵੀ ਗਲਤ बोले ਉਹਨਾਂ ਨੇ ਇਹ ਨਹੀਂ ਕਿਹਾ ਕਿ ਪੰਜਾਬ ਦੇ ਹੱਕ ਮਾਰੋ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਹੱਕ ਹਰਿਆਣਾ ਨੂੰ ਮਿਲਣ ਪੰਜਾਬ ਦੇ ਪੰਜਾਬ ਨੂੰ ਮਿਲਣ ਕੰਗ ਨੇ ਸੁਨੀਲ ਜਾਖੜ ਦੇ ਟਵੀਟ ਦਾ ਜਵਾਬ ਦਿੰਦੇ ਆ ਵੀ ਕਿਹਾ ਕਿ ਹਰਿਆਣਾ ਨੂੰ ਹੁਣ ਤੱਕ ਜਾ ਰਹੇ ਪਾਣੀ ਦਾ ਜ਼ਿੰਮੇਵਾਰ ਦੱਸੋ ਕੌਣ ਹੈ ਜੇ ਤੁਸੀਂ ਕਹਿੰਦੇ ਹੋ ਕਿ ਹੁਣੀ ਐਸਵਾਈਐਲ ਤੋਂ ਬਿਨਾਂ ਹੀ ਹਰਿਆਣੇ ਨੂੰ ਵਾਧੂ ਪਾਣੀ ਮਿਲ ਰਿਹਾ ਹੈ ਤਾਂ ਜ਼ਿੰਮੇਵਾਰ ਕੌਣ ਹੈ ਜਿੰਨਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਹੁਣ ਤੱਕ ਜਾ ਰਿਹਾ ਹੈ ਕੀ ਉਹਦੇ ਲਈ ਭਾਜਪਾ ਕਾਂਗਰਸ ਦੇ ਅਕਾਲੀ ਦਲ ਮਾਫੀ ਮੰਗਣਗੇ ਅਕਾਲੀ ਦਲ ਬਾਦਲ ਜਿਹੜਾ ਆਏ ਧੜਾ ਹੈ ਨਾ ਇਨਾਂ ਦੀ ਸਮੱਸਿਆ ਤੇ ਇਹ ਆ ਵੀ ਇਹਨਾਂ ਨੂੰ ਨਹੀਂ ਚੰਗਾ ਲੱਗਦਾ ਇਹ ਤੇ ਸੋਚਦੇ ਵੀ ਦਰਬਾਰ ਸਾਹਿਬ ਵੀ ਤੇ ਇਹਨਾਂ ਦਾ ਕਬਜ਼ਾ ਹੈ ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਸਿੱਖ ਸੰਸਥਾਵਾਂ ਦੇ ਜਿਹੜੇ ਸਾਡੇ ਜਥੇਦਾਰ ਸਹਿਬਾਨ ਹੈ ਦੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਜਥੇਦਾਰ ਸਹਿਬਾਨਾਂ ਨੂੰ ਬਾਦਲ ਪਰਿਵਾਰ ਨੇ ਮੁੱਖ ਮੰਤਰੀ ਆਵਾਸ ਤੇ ਤਲਬ ਕੀਤਾ ਸਿੱਖ ਇੰਸਟੀਚੂਸ਼ਨਸ ਦੀ ਕ੍ਰੈਡੀਬਿਲਟੀ ਨੂੰ ਢਾਹ ਲਾਈ ਉਹਨਾਂ ਨੂੰ ਕਦੀ ਨਹੀਂ ਚੰਗਾ ਲੱਗਦਾ ਕਿ ਉਹਨਾਂ ਦੇ ਪਰਿਵਾਰ ਤੋਂ ਇਲਾਵਾ ਵੀ ਕੋਈ ਦਰਬਾਰ ਸਾਹਿਬ ਜਾ ਕੇ ਕੋਈ ਚੰਗੀ ਇਨੀਸ਼ੀਏਟਿਵ ਲਵੇ ਜਾਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਵੇ ਅਰਦਾਸ ਕਰਵੇ ਉਹਨਾਂ ਨੂੰ ਪ੍ਰੋਬਲਮ ਇਹ ਆ ਵੀ ਆਮ ਆਦਮੀ ਜਾਂ ਆਮ ਆਦਮੀਆਂ ਚੋਂ ਚੁਣੇ ਆਮ ਲੋਕ ਜਿਹੜੇ ਆ ਉਹ ਕਿਉਂ ਜਾ ਕੇ ਦਰਬਾਰ ਸਾਹਿਬ ਅਰਦਾਸ ਕਰਦੇ ਦਿੱਕਤ ਇਹ ਆ ਕਿਉਂਕਿ ਇਹ ਆਪਣਾ ਕਬਜ਼ਾ ਸਮਝਦੇ ਆ ਕਾਂਗਣੇ ਬਾਦਲ ਪਰਵਾਰ ਤੇ ਦੋਸ਼ ਲਾਉਂਦੇ ਕਿ ਹਾਂ ਕਿ ਇਸ ਪਰਵਾਰ ਨੇ ਗੁਰੂ ਘਰਾਂ ਤੇ ਕਬਜ਼ਾ ਕਰਕੇ ਰੱਖਿਆ ਹੋਇਆ ਪੰਜਾਬ ਦੇ ਲੋਕ ਇਹ ਨਹੀਂ ਭੁੱਲੇ ਕਿ ਕਿਵੇਂ ਯੂਥ ਅਕਾਲੀ ਦਲ ਨੇ ਪੰਜਾਬ ਦੀ ਨੌਜਵਾਨ ਨੂੰ ਨਸ਼ੇ ਵਿੱਚ ਲਾਇਆ ਦਰਅਸਲ ਅਕਾਲੀ ਦਲ ਨੇ ਜਿਹੜਾ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਖਿਲਾਫ ਅਕਾਲ ਤਖਸਾ ਵਿਖੇ ਅਰਦਾਸ ਕੀਤੀ ਗਈ ਸੀ ਹਜ਼ਾਰਾਂ ਬੱਚਿਆਂ ਦੀ ਮੌਜੂਦਗੀ ਦੇ ਨਾਲ ਉਸ ਤੇ ਤੰਜ ਕੱਸੇ ਉਸ ਤੋਂ ਬਾਅਦ ਇਹ ਜਵਾਬ ਦੇ ਰਹੇ ਨੇ ਕੰਗਨੇ ਰਾਜਪਾਲ ਦੇ ਜੀਐਸਟੀ ਸੋਧ ਬਿੱਲਾਂ ਤੇ ਸਵਾਲ ਦਾ ਜਵਾਬ ਦਿੰਨਾ ਕਿ ਹੈ ਕਿ ਜੇ ਰਾਜਪਾਲ ਸਾਹਿਬ ਤੁਸੀਂ ਪੰਜਾਬ ਦੇ ਹਮਾਇਤੀ ਬਣਦੇ ਹੋ ਤਾਂ ਮੁੱਖ ਮੰਤਰੀ ਮਾਨ ਦੀਆਂ ਚਿੱਠੀਆਂ ਵੱਲ ਕੇਂਦਰ ਸਰਕਾਰ ਦਾ ਧਿਆਨ ਦਿਵਾਓ ਕੇਂਦਰ ਪੰਜਾਬ ਦੇ ਹੱਕ ਦਾ ਹੱਕ ਦੇ ਪੈਸੇ ਦੇਣ ਲਈ ਫਿਕਰਮੰਦੀ ਦਿਖਾਵੇ ਇਹਦੇ ਲਈ ਤੁਸੀਂ ਕੋਸ਼ਿਸ਼ ਕਰੋ ਇਸ ਲੈਟਰ ਦਾ ਹਵਾਲਾ ਦੇ ਰਿਹਾ ਤੇ ਪੁੱਛੇ ਜਾਖੜ ਸਾਹਿਬ ਨੂੰ ਕਿ ਭਾਤ ਵਿੱਚ ਸਰਕਾਰ ਕੀਦੀ ਸੀ ਤੀਸਰੀ ਗੱਲ ਯਮਨਾ ਚੋਂ ਪੰਜਾਬ ਨੂੰ 0 ਮਿਲ ਰਿਹਾ ਤੇ ਹਰਿਆਣੇ ਨੂੰ 4.6 ਐਮ 5 एमएएफ ਮਿਲ ਰਿਹਾ ਹੁਣ ਗੱਲ ਤੇ ਇੱਥੇ ਜਵਾਬ ਹੈ ਤੇ ਜੇ ਸੰਦੀਪ ਪਾਟਕ ਜੀ ਨੇ ਕਹਿਤਾ ਕਿ ਹਰਿਆਣੇ ਨੂੰ ਹਰਿਆਣੇ ਦਾ ਹਿੱਸਾ ਤੇ ਪੰਜਾਬ ਨੂੰ ਪੰਜਾਬ ਦਾ ਹਿੱਸਾ ਮਿਲ ਜੇ ਤੇ ਸੈਂਟਰ ਸਰਕਾਰ ਦਵਾਵੇ ਨਾ ਜਮਨਾ ਚੋਂ ਤੇ ਉਹਨਾਂ ਨੇ ਤੇ ਇਹੀ ਗੱਲ ਕਹੀ ਆ ਤੇ ਜਿਹੜਾ ਡਾਕਟਰ ਸਾਹਿਬ ਆਪ ਹੀ ਕਹਿ ਰਹੇ ਸਾਨੂੰ ਜ਼ੀਰੋ ਮਿਲ ਰਿਹਾ ਤੇ ਹਰਿਆਣੇ ਨੂੰ ਮਿਲ ਰਿਹਾ ਤੇ ਇੱਥੇ ਗਲਤ ਕੀ ਆ ਕੀ ਜਮਨਾਚ ਪੰਜਾਬ ਦਾ ਹਿੱਸਾ ਨਹੀਂ ਬਣਦਾ ਤੇ ਇਹੀ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਵਾਰ-ਵਾਰ ਕਿਹਾ ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਹੋਰ ਮੁੱਦੇ ਵੱਲ ਧਿਆਨ ਦਿਵਾਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਸਪਲਾਈ ਕੀਤੇ ਜਾ ਰਹੇ ਕੋਲੇ ਦੇ ਸਰੋਤਾਂ ਦੀ ਸਮੀਖਿਆ ਕਰਵਾਈ ਜਾਵੇ ਲਾਜ਼ਮੀ ਤੌਰ ਤੇ ਜਾਂਚਿਆ ਜਾਣਾ ਚਾਹੀਦਾ ਹੈ ਕਿ ਕੀ ਅਡਾਨੀ ਵੱਲੋਂ ਕੋਈ ਕੋਲਾ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ ਜਿਵੇਂ ਕਹਿੰਦੇ ਰਾਹੁਲ ਗਾਂਧੀ ਨੇ ਸਹੀ ਤੌਰ ਤੇ ਉਜਾਗਰ ਕੀਤਾ ਹੈ ਕਿ ਅਡਾਨੀ ਦੀਆਂ ਕੰਪਨੀਆਂ ਨੂੰ ਕੇਂਦਰ ਸਰਕਾਰ ਦਾ ਸਮਰਥਨ حاصل ਹੈ ਤੇ ਬਹੁਤ ਜ਼ਿਆਦਾ ਕੀਮਤ ਤੇ ਕੋਲਾ ਵੇਚ ਰਹੀਆਂ ਨੇ ਜਿਸ ਦੇ ਨਾਲ ਬਿਜਲੀ ਮਹਿੰਗੀ ਹੋ ਜੂਗੀ ਅਡਾਨੀ ਦੇ ਘੁਟਾਲਿਆਂ ਕਾਰਨ ਪੰਜਾਬੀ ਕੋ ਨੁਕਸਾਨ ਚੱਲਣਾ ਇਸ ਕਰਕੇ ਸਮੀਖਿਆ ਕਰਵਾਈ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 8 ਨਵੰਬਰ ਨੂੰ ਹੋਵੇਗੀ ਤੇ ਫਿਰ 11 ਨਵੰਬਰ ਨੂੰ ਅੰਤਰਿਕ ਕਮੇਟੀ ਦੇ ਮੈਂਬਰ ਵੀ ਚੁਣੇ ਜਾਣਗੇ ਇਸ ਦਾ ਐਲਾਨ ਅੰਤਰਿਕ ਕਮੇਟੀ ਦੀ ਬੈਠਕ ਤੋਂ ਬਾਅਦ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਨੇ ਕੀਤਾ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਾਲ ਦੀ ਆਖਰੀ ਐਗਜ਼ੀਕਟਿਵ ਮੀਟਿੰਗ ਹੈ ਆਖਰੀ ਮੀਟਿੰਗ ਦੇ ਵਿੱਚ ਕੀ ਕੁਝ ਜਿਹੜੇ ਫੈਸਲੇ ਨੇ ਉਹ ਲਏ ਗਏ ਨੇ ਉਹ ਵੀ ਤੁਹਾਨੂੰ ਦੱਸਦਨੇ ਆ ਸਭ ਤੋਂ ਪਹਿਲਾਂ एसवाईएल ਨੂੰ ਲੈ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਐਸਜੀਪੀਸੀ ਨੇ ਕਿ ਸੂਬਾ ਸਰਕਾਰ ਸੂਬੇ ਦੇ ਹੱਕਾਂ ਦੀ ਤਰਜਮਾਨੀ ਕਰਦਿਆਂ ਨਹਿਰ ਦੇ ਵਿਰੋਧ ਵਿੱਚ ਆਪਣਾ ਜ਼ੋਰਦਾਰ ਪੱਖ ਦਰਜ ਕਰਵਾਏ tạm ਨੇ ਦਾਵਾ ਕੀਤਾ ਕਿ ਐਸਜੀਪੀਸੀ ਐਸਵਾਈਐਲ ਦੇ ਵਿਰੋਧ ਵਿੱਚ ਖੜੀਆਂ ਸਾਰੀਆਂ ਧਾਰਮਿਕ ਸਿਆਸੀ ਸਮਾਜਿਕ ਸੰਸਥਾਵਾਂ ਦੇ ਹੱਕ ਵਿੱਚ ਖੜੂਗੀ ਤੇ ਹਰ ਹਰ ਪ੍ਰਕਾਰ ਦੀ ਮਦਦ ਕਰੂਗੀ ਦੂਜਾ ਧਾਮੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਰੱਦ ਕੀਤੇ ਗਏ ਰੈੱਡ ਕਾਰਡ ਤੁਰੰਤ ਬਹਾਲ ਕੀਤੇ ਜਾਣ ਤੀਸਰਾ ਹਾਕੀ ਟੀਮ ਦੇ ਵਿੱਚ ਏਸ਼ੀਆਈ ਖੇਡਾਂ ਦੇ ਵਿੱਚ ਜਿੱਤ ਕੇ ਆਉਣ ਵਾਲੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਜੀਤ ਸਿੰਘ ਨੂੰ 2 ਲੱਖ ਰੁਪਏ ਤੇ ਪੰਜਾਬ ਦੇ ਸਾਰੇ ਸਿੱਖ ਖਿਡਾਰੀਆਂ ਨੂੰ ਜਿਹੜੇ ਹਾਕੀ ਟੀਮ ਦੇ ਵਿੱਚ ਸਨ ਉਹਨਾਂ ਨੂੰ 50-50 ਹਜ਼ਾਰ ਰੁਪਏ ਕਮੇਟੀ ਵੱਲੋਂ ਦਿੱਤੇ ਜਾਣਗੇ ਖੇਡਾਂ ਦੇ ਵਿੱਚ ਸ਼ੂਟਰ ਸਿਫਤ ਕੌਰ ਦੀ ਵੀ ਐਸ.ਸੀ.ਪੀ.ਸੀ. ਹੌਸਲਾ ਫਸਾਈ ਕਰੇਗੀ ਚੌਥਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਦਸਤਕਤ ਮੁਹਿੰਮ ਤਹਿਤ ਜਿਹੜੇ 26 ਲੱਖ ਦਸਤਕਤ ਹੋਏ ਨੇ ਉਹ ਪਰਫਾਰਮਾਂਸ ਸੌਂਪਣ ਦੇ ਲਈ ਹੁਣ ਰਾਜਪਾਲ ਤੋਂ ਮੋੜ ਸਮਾਂ ਮੰਗਿਆ ਹੈ ਐਸ.ਸੀ.ਪੀ.ਸੀ. ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਪਰਫਾਰਮਾ ਐਸ.ਜੀ.ਪੀ.ਸੀ. ਦੀਆਂ ਵੋਟਾਂ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਸੀ ਉਹਦੇ ਵਿੱਚ ਚੋਣਾਂ ਦੇ ਲਈ ਕੇਸਾ ਧਾਰੀ ਸਿੱਖ ਹੋਣ ਦੀ ਸ਼ਰਤ ਰੱਖੀ ਗਈ ਸੀ ਪਰ ਹੁਣ ਕਮੇਟੀ ਨੇ ਸਵੈ ਕੋਸ਼ਣਾ ਜੋੜੀ ਹੈ ਨਵੀਂ ਮਤ ਜੋੜਦਿਆਂ ਸਵੈ ਕੋਸ਼ਣਾ ਕੀਤੀ ਹੈ ਕਿ ਸਿੱਖ ਦਸਾਂ ਪਾਤਸ਼ਾਹੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਗੁਰੂ ਨਾ ਮੰਨਦਾ ਹੋਵੇ ਕੱਲਾ ਕੇਸਾ ਧਾਰੀ ਨਹੀਂ ਬਲਕਿ ਉਹ ਕੇਸਾ ਧਾਰੀ ਜਿਹੜਾ ਦਸਾਂ ਗੁਰੂ ਸਾਹਿਬਾਨਾਂ ਤੋਂ ਹੋਰ ਕਿਸੇ ਨੂੰ ਨਾ ਮੰਨਦਾ ਹੋਵੇ ਇਸ ਦੇ ਲਈ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਨਵੇਂ ਪਰਫਾਰਮੇ ਨੂੰ ਦੁਬਾਰਾ ਤੋਂ ਪ੍ਰਕਾਸ਼ਿਤ ਕੀਤਾ ਜਾਵੇ ਯਾਨਕਿ ਨਵੀਂ ਜਿਹੜੀ ਸ਼ਰਤ ਹੈ ਉਹ ਰੱਖੀ ਜਾਵੇ SGPC ਨੇ ਇੱਕ ਨਵੀਂ ਐਪ ਵੀ ਬਣਾਈ ਹੈ ਜਿਹਦਾ ਨਾਮ SGPC ਗੁਰਬਾਣੀ ਕੀਰਤਨ ਹੈ ਇਸ ਨੂੰ ਲਾਂਚ ਕੀਤਾ ਗਿਆ ਇਸ ਐਪ ਤੇ ਸਾਰਾ ਦਿਨ ਸਿਰਫ ਆਡੀਓ ਗੁਰਬਾਣੀ ਲਾਈਵ ਚੱਲਦੀ ਰਹੇਗੀ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਐਪ ਬਣਾਈ ਆ ਇਹ ਐਪ ਹੈਗੀ SGPC ਗੁਰਬਾਣੀ ਕੀਰਤਨ ਇਹ ਸਰਚ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਆ ਇਹ ਵੀ ਅੱਜ ਤੋਂ ਅਸੀਂ ਆ ਜਿਹੜੀ ਆ ਇਹ ਚਾਲੂ ਕਰ ਦਿੱਤੀ ਆ ਸੋ ਹੁਣ ਅੱਜ ਅਸੀਂ ਇੱਕ ਦੋ ਹਾਲੇ ਕਮੇਟੀ ਬਣਾਈ ਆ ਇੱਕ ਦੋ ਆਫਰਾਂ ਸਾਨੂੰ ਹੋਰ ਵੀ ਆਈਆਂ ਸਿਗੀਆਂ ਤੇ ਦੂਸਰੇ ਹਿਸਟੋਰਿਕਲ ਪਲੇਸੇ ਦੇ ਉੱਤੋਂ ਵੀ ਜਿਹੜੇ ਆ ਸਾਨੂੰ ਆ ਲੇ ਕਰਨ ਦੀ ਲਾਈਵ ਰਿਲੇ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਉਹ ਥੋੜੇ ਜਿਹਾ ਅਸੀਂ ਹਾਲੇ ਇੱਕ ਕਮੇਟੀ ਬਣਾ ਕੇ ਕਿਉਂਕਿ ਜਿਹੜੇ ਗਰਵਾਣੀ ਲਾਈਵ ਹੁੰਦੀ ਆ ਤੇ ਉਹ ਫੇਰ ਉੱਥੇ ਕਈ ਵਾਰੀ ਐਸੇ ਵੀ ਸਿੰਘ ਹੁੰਦੇ ਜਿਹੜੇ ਬਹੁਤ ਗਰਵਾਣੀ ਦੇ ਨਾਲ ਇਕਮਿਕ ਹੁੰਦੇ ਆ ਉਹ ਜਿਹੜੇ ਕੋਈ ਗਲਤ ਉਚਾਰਨ ਕਰਦਾ ਫੇਰ ਉਹ ਕਈ ਵਾਰੀ ਉਹਨਾਂ ਦੀ ਸ਼ਰਧਾ ਵੀ ਭੰਗ ਹੁੰਦੀ ਆ ਉਹ ਵੀ ਅਸੀਂ ਬੈਠ ਕੇ ਅੱਜ ਵਿਚਕatsch ਕੀਤਾ ਉਹ ਵੀ ਹੌਲੀ ਥੋੜੇ ਜਿਹਰੇ ਦੇ ਵਿੱਚ ਹੀ ਉਹ ਵੀ ਜਿਹੜਾ ਉਹਦਾ ਵੀ ਮੇਰਾ ਖਿਆਲਿਆ ਫਰੂਟ ਫੁੱਲ ਸਾਨੂੰ ਕੁਝ ਚੈਨਲਾਂ ਨੇ ਲੋਹ ਨੇ ਸultanpur Lodhi ਤੋਂ sultanpur lodhi ਤੋਂ ਤੇ ਤਖਤ ਕੇਸਗੜ ਤੋਂ ਅਪਰੋਚ ਕੀਤੀ ਆ ਸੋ ਉਹਦੇ ਲਈ ਵੀ ਕਰਾਂਗੇ ਐਸ ਵੀ ਸੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ 18 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਸ਼ਿਆਂ ਦੇ ਖਿਲਾਫ ਸਮੂਹਿਕ ਅਰਦਾਸ ਕੀਤੀ ਗਈ ਹੈ ਸਾਂਝੀ ਅਰਦਾਸ ਕੀਤੀ ਗਈ ਹੈ ਉਸਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਗੁਰੂ ਘਰ ਦੇ ਵਿੱਚ ਕੀਤੀ ਜਾਣ ਵਾਲੀ ਅਰਦਾਸ ਦੀ ਮਸ਼ੂਰੀ ਕਰਨ ਦੀ ਲੋੜ ਨਹੀਂ ਹੁੰਦੀ ਪਰ ਮਾਨ ਸਰਕਾਰ ਦੇ ਤਾਂ ਅਰਦਾਸ ਕਰਨ ਦੇ ਲਈ ਸੜਕਾਂ ਤੇ ਬੋਰਡ ਹੀ ਬੋਰਡ ਲਾਏ ਹੋਏ ਨੇ ਸਿੱਖਰ ਅਰਦਾਸ ਤਾਂ 24 ਘੰਟੇ ਕਰੀ ਜਾਂਦਾ ਤੇ ਜੇ ਅਸੀਂ ਨਸ਼ਾ ਖਿਲਾਫ ਇੰਨੇ ਗੰਭੀਰਾਂ ਤਾਂ ਪੰਜਾਬ ਸਰਕਾਰ ਸ਼ਰਾਬ ਦਾ ਖਾਤਮਾ ਕਿਉਂ ਨਹੀਂ ਕਰ ਦਿੰਦੀ ਇਸ ਦੇ ਨਾਲ ਹੀ ਧਾਮੀ ਨੇ ਸੀਐਮ ਮਾਨ ਦੇ ਵੱਲੋਂ ਹਰਮੰਦਰ ਸਾਹਿਬ ਦੇ ਬਾਹਰਵਾਰ ਡਾਇਸ ਲਾ ਕੇ মিডিਆ ਨੂੰ ਕੀਤੇ ਸੰਬੋਧਨ ਤੇ ਵੀ ਬਿਆਨ ਦਿੰਦਿਆਂ ਕਿਹਾ ਕਿ ਬਾਹਰ ਜਾ ਕੇ ਸਟੇਜ ਲਾਉਣੀ ਸਿਆਸੀਕਰਨ ਕਰਨਾ ਚੰਗਾ ਨਹੀਂ ਹੈ ਗੁਰੂ ਗੁਰੂ ਘਰ ਚ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਰੋਕਦੇ ਪਰ ਬਾਹਰ ਜਾ ਕੇ ਸਿਆਸੀ ਸਟੇਜ ਲਾਉਣਾ ਬਹੁਤ ਗਲਤ ਹੈ ਪਰ ਅਸੀਂ ਕਈ ਵਾਰੀ ਰਿਲੀਜੀਅਸ ਮੈਟਰ ਨੂੰ ਵੀ ਇੱਕ ਰਾਜਨੀਤਿਕ ਦਿਖ ਦੇ ਦਿੰਨੇ ਆ ਗੁਰੂ ਘਰਾਂ ਦੇ ਵਿੱਚ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਗੁਰਮਤ ਦੇ ਸਵਾਗਤ ਚਲਾਉਂਦੀ ਆ ਪਰ ਰਾਜਨੀਤਿਕ ਸਟੇਜ ਜਿਹੜੀ ਰਾਜਨੀਤਿਕ ਪਾਰਟੀਆਂ ਨੂੰ ਗੁਰੂ ਘਰਾਂ ਦੇ ਵਿੱਚ ਆ ਕੇ ਉਹ ਸੋਭਦਾ ਨਹੀਂ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਤੇ ਮੈਂ ਸਮਝਦਾ ਫਿਰ ਕੱਲ ਜਿਸ ਤਰ੍ਹਾਂ ਉਹਨਾਂ ਨੇ ਉਸਤੇ ਆਰ ਲਾਲਾ ਕੇ ਹੋਰ ਸਾਰਾ ਕੰਮ ਕਰ ਕਰਕੇ ਇੱਕ ਮਸ਼ਹੂਰੀ ਨਹੀਂ ਕਿਉਂਕਿ ਗੁਰੂ ਦਾ ਸਿੱਖ ਤਾਂ ਕੱਲਾ ਹੀ ਬੈਠਾ ਅਰਦਾਸ ਕਰ ਦਿੰਦਾ ਤੇ ਅਰਦਾਸ ਕਰਨ ਲਈ ਫਿਰ ਉਹ ਆਪਣੇ ਅਸਦੀ ਹਕੀਕਤ ਦੇ ਨਾਲ ਨੀਵਾ ਹੋ ਕੇ ਉਹ ਆਉਂਦਾ ਆ ਸੋ ਇਹਦੇ ਤੋਂ ਆਪਾਂ ਨੂੰ ਕੋਈ ਸਿਆਸੀ ਤੌਰ ਦੇ ਉੱਤੇ ਜਿਹੜੇ ਆ ਉਹ ਨਹੀਂ ਮਸਲੇ ਹੱਲ ਕਰਨੇ ਚਾਹੀਦੇ ਸੋ ਹੁਣ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੀ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਕਿ ਐਤਕੀ ਪ੍ਰਧਾਨ ਕਿਹਨੂੰ ਚੁਣਿਆ ਜਾਵੇਗਾ ਹਾਲਾਂਕਿ ਮੰਨਿਆ ਜਾਂਦਾ ਹੈ ਕਿ ਲਿਫਾਫੇ ਦੇ ਵਿੱਚੋਂ ਐਸਜੀਪੀਸੀ ਦੇ ਪ੍ਰਧਾਨ ਨਿਕਲਦੇ ਨੇ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੀਆਂ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇੱਕ ਦਿਨ ਪਹਿਲਾਂ ਜਿਹੜਾ ਇਜਲਾਸ ਬੁਲਾਇਆ ਜਾਂਦਾ ਉਹਦੇ ਵਿੱਚ ਬਾਦਲ ਸਾਹਿਬ ਦੀ ਚਿੱਠੀ ਆ ਕੇ ਜਿਹੜੀ ਆ ਜਾਂਦੀ ਹੈ ਉਹ ਪੜ੍ਹੀ ਜਾਂਦੀ ਹੈ ਤੇ ਦੂਸਰੇ ਦਿਨ ਉਸੇ ਨਾਮ ਤੇ ਹੀ ਮੋਰ ਲੱਗ ਜਾਂਦੀ ਹੈ ਪਿਛਲੀ ਵਾਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੀਬੀ ਜਗੀਰ ਕੌਰ ਨੇ ਕਰੜੀ ਟੱਕਰ ਦਿੱਤੀ ਸੀ ਉਦੋਂ ਵੀ ਬੀਬੀ ਬਾਗੀ ਹੋ ਚੁੱਕੀ ਸੀ ਅਕਾਲੇਦਲ ਤੋਂ ਪਰ ਹਾਲਾਂਕਿ ਜਿਹੜੇ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨ ਬਣੇ ਸਨ ਤੇ ਹੁਣ ਦਾ ਖਾਲਸ ਟੀਵੀ ਨੇ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਐਤ ਕੀ ਚੋਣ ਲੜਨ ਬਾਰੇ ਢਿੱਲਾ ਮਠਾਈ ਜਵਾਬ ਦਿੱਤਾ। ਉਹਨਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਮੈਂ ਹੀ ਚੋਣ ਲੜਾਂ ਕੋਈ ਹੋਰ ਵੀ ਸਾਡੇ ਵੱਲੋਂ ਚੋਣ ਲੜ ਸਕਦਾ ਹੈ। ਛੇਤੀ ਮੀਟਿੰਗ ਕਰਕੇ ਇੱਥੇ ਫੈਸਲਾ ਕਰਾਂਗੇ। ਬੀਬੀ ਜਗੀਰ ਕੌਰ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਨ ਨੂੰ ਵੀ ਨਸੀਹਤ ਦਿੱਤੀ ਕਿ ਉਹ ਆਪਣੀ ਦਿੱਲੀ ਕਮੇਟੀ ਤੁਸੀਂ ਸੰਭਲੋ। ਇੱਥੇ ਆ ਕੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਨਾਲ ਹੀ ਬੀਬੀ ਨੇ ਕਿਹਾ ਕਿ ਸਮੇਂ ਦੇ ਨਾਲ ਅਸੀਂ ਪਾਰਟੀ ਦੇ ਵਿੱਚ ਬਹਿ ਕੇ ਫੈਸਲਾ ਕਰਾਂਗੇ ਵੋਟਾਂ ਨੂੰ ਲੈ ਕੇ। ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਕਿ ਇਹਨੂੰ ਧਾਰਨਾ ਵੀ ਜ਼ਰੂਰੀ ਤੇ ਨਹੀਂ ਮੈਂ ਹੀ ਉੱਤਰਦਾ ਸਾਰੇ ਮੈਂਬਰਾਂ ਨਾਲ ਸਲਾਹ ਕਰਾਂਗੇ ਜੀ ਜਿਹੜੇ ਹੈਗੇ ਤੇ ਚੰਗਾ ਮੁਕਾਬਲਾ ਕੀਤਾ ਸਰ ਸਦਸਾ ਕੀ ਹੈ ਜੀ ਜਨਰਲ ਐਕਸ਼ਨ ਆ ਰਹੀ ਜਨਰਲ ਇਲੈਕਸ਼ਨ ਤੇ ਅਸੀਂ ਉਹਨੂੰ ਹੁਣ ਧਿਆਨ ਚ ਰੱਖਣਾ ਕਿ ਜਨਰਲ ਇਲੈਕਸ਼ਨ ਲੜਨੀ ਹੈ ਤੇ ਉਹ ਕਿੱਦਾਂ ਲੜਾਉਣੀ ਸਾਰੇ ਨੂੰ ਸਾਰੇ ਸਿਕੋਂ ਨੂੰ ਬੇਨਤੀ ਕਰਦੀ ਹੈ ਕਿ ਹੁਣ ਧਿਆਨ ਨਾਲ ਆਪਣੀ ਵੋਟ ਪਾ ਲੈਣ ਤੇ ਆਪਣੀ ਮਰਜ਼ੀ ਦਾ ਚੰਗੀ ਸੋਚ ਵਾਲਾ ਚੰਗਾ ਸਦੰਤਿਕ ਵਿਅਕਤੀ ਚੰਗੀ ਗੁਰੂ ਪਾਛਾ ਦੀ ਰਹਿਤ ਮਰਿਆਦਾ ਵਿੱਚ ਰਹਿਣ ਵਾਲਾ ਸ੍ਰੀ ਅਕਾਲ ਤਰ ਸਾਹਿਬ ਦੀ ਰਹਿਤ ਮਰਿਆਦਾ ਚੱਲਣ ਵਾਲਾ ਉਹ ਵਿਅਕਤੀ ਜਿਹੜੀ ਚੁਣ ਕੇ ਪੇਚਾਂ ਜੱਜ ਸਾਹਿਬ ਕੇਸ ਬੜਾ ਲੰਬਾ ਜਾ ਰਿਹਾ ਹੈ ਇਹ ਨਾ ਹੋਵੇਗੇ ਅਸੀਂ ਪੇਸ਼ੀਆਂ ਉਡੀਕ ਦੇ ਉਡੀਕ ਦੇ ਇਸ ਜਹਾਨ ਤੋਂ ਚਲੇ ਜਾਈਏ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਨਸਾਫ ਦੇ ਦਿਓ ਲੰਬਾ ਸਮਾਂ ਹੋ ਗਿਆ ਮੈਂ ਤਾਂ ਮੈਡਮ ਜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਮੈਂ ਉਹਨੂੰ ਬੇਨਤੀ ਕਰਕੇ ਆਇਆ ਸੀ ਬਹੁਤ ਲੰਬਾ ਕੇਹ ਜਾ ਰਿਹਾ ਹੈ ਇਹ ਨਾ ਹੋਵੇ ਅਸੀਂ ਪੇਸ਼ੀਆਂ ਉਡੀਕਦੇ ਜਹਾਨੋਂ ਤੁਰ ਜੀਏ ਵੀ ਕਿਉਂ ਬੇਨਤੀ ਕਰ ਸਕਦੇ ਹਣਾ ਮੈਂ ਹੁਣ ਜੱਜ ਸਾਹਿਬ ਅੱਗੇ ਹੱਥ ਜੋੜ ਕੇ ਵਸ ਇੱਕ ਆਪਣੀ ਰਿਕੁਐਸਟ ਨੂੰ ਜੋ ਰੱਖ ਕੇ ਆਂ ਇਹ ਦਰਦ ਹੈ ਉਸ ਪਿਤਾ ਦਾ ਜਿਸ ਦੇ ਪੁੱਤ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਪੂਰੀ ਦੁਨੀਆ ਪਲਕਾਂ ਤੇ ਬਿਠਾ ਕੇ ਰੱਖਦੀ ਸੀ ਹਜ਼ਾਰਾਂ ਨਹੀਂ ਕਰੋੜਾਂ ਚਾਹਣ ਵਾਲੇ ਸਨ ਪੁੱਤ ਨੂੰ ਸ਼ਰਿਆਮ ਖਤਮ ਕਰ ਦਿੱਤਾ ਗਿਆ ਸੀ ਤੇ ਹੁਣ ਪਿਤਾ ਬਲਕੌਰ ਸਿੰਘ ਡੇਢ ਸਾਲ ਤੋਂ ਅਦਾਲਤਾਂ ਦੇ ਚੱਕਰ ਲਾ ਰਹੇ ਨੇ ਇਸ ਉਮੀਦ ਨਾਲ ਆਉਂਦੇ ਨੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਦਾਲਤ ਛੇਤੀ ਸਜ਼ਾ ਸੁਣਾਏ ਪਰ ਹਰ ਵਾਰੀ ਵਾਂਗੂ ਵੀਰਵਾਰ ਨੂੰ ਵੀ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਪੂਰੇ ਮੁਲਜ਼ਮ ਇਕੱਠੇ ਅਦਾਲਤ ਵਿੱਚ ਨਹੀਂ ਪੇਸ਼ ਹੋਏ ਬਾਈ ਮੁਲਜ਼ਮ ਪੇਸ਼ ਹੋਏ ਪਰ ਉਹ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਤਿੰਨ ਮੁਲਜ਼ਮ ਕਪਿਲ ਪੰਡਤ ਸਚਨ ਭਵਾਨੀ ਤੇ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਨਹੀਂ ਹੋ ਸਕੀ ਲਾਰੈਂਸ ਬਿਸ਼ਨੋਈ ਵੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਜ਼ਰੂਰ ਹੋਇਆ ਪਰ ਉਸਨੇ ਮੋਨ ਵਰਤਦਾ ਬਹਾਨਾ ਲਾ ਕੇ ਕੁਝ ਵੀ ਕੋਈ ਕੁਝ ਵੀ ਬੋਲਿਆ ਨਹੀਂ ਉਹ ਜ਼ੁਬਾਨੋਂ ਕੁਝ ਨਹੀਂ ਕੱਢਿਆ ਦੁਖੀ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਹ ਲੱਗ ਰਿਹਾ ਜਿਵੇਂ ਪੂਰਾ ਸਿਸਟਮ ਹੀ ਇਹ ਲੋਕ ਚਲਾ ਰਹੇ ਹੋਣ ਤੇ ਅਸੀਂ ਬੇਵੱਸ ਬੈਠੇ ਹਾਂ ਤੇ ਹੁਣ ਅਗਲੀ ਪੇਸ਼ੀ ਹੈ ਜਿਹੜੀ ਉਹ 2 ਨਵੰਬਰ ਨੂੰ ਰੱਖੀ ਗਈ ਹੈ ਇਸ ਮੌਕੇ ਪੀਤਾ ਬਲਕੌਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਵਾਰੀ ਬੜੀਆਂ ਉਮੀਦਾਂ ਦੇ ਨਾਲ ਮੈਂ ਅਦਾਲਤ ਦੇ ਅੰਦਰ ਪੇਸ਼ੀ ਦੌਰਾਨ ਜਾਣ ਦਾ ਫੈਸਲਾ ਲਿਆ ਇਸ ਉਮੀਦ ਨਾਲ ਕਿ ਜੱਜ ਸਾਹਿਬ ਨੂੰ ਖੁਦ ਜਾ ਕੇ ਇਨਸਾਫ ਲਈ ਬੇਨਤੀ ਕਰੂੰਗਾ ਕਹਿੰਦੇ ਮੈਂ ਹੱਥ ਜੋੜ ਕੇ ਇਨਸਾਫ ਦੀ ਮੰਗ ਵੀ ਕੀਤੀ ਤੇ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਹਰੇਕ ਪੇਸ਼ੀ ਤੇ ਆਇਆ ਕਰੋ ਮੈਂ ਛੇਤੀ ਤੋਂ ਛੇਤੀ ਇਨਸਾਫ ਕਰਨ ਦੀ ਕੋਸ਼ਿਸ਼ ਕਰਾਂਗਾ ਇਸੇ ਕਰਕੇ ਕਹਿੰਦੇ ਅਸੀਂ ਹਰ 15 ਦਿਨਾਂ ਤੇ ਸੁਣਵਾਈ ਰੱਖੀ ਹੋਈ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਆਪਣੇ ਵੱਲੋਂ ਜਿਹੜੀ ਪੇਛੀ ਹੈ ਇਹਨੂੰ ਲੌਂਗ ਟਾਈਮ ਨਹੀਂ ਕਰਾਂਗੇ ਉਹੀ 14 14 ਦਿਨ ਤੇ ਅਸੀਂ ਚੱਲ ਰਹੇ ਆਂ ਤੇ ਕੋਸ਼ਿਸ਼ ਕਰਾਂਗੇ ਇਹਨੂੰ ਹੋਰ ਵੀ ਉਹਨਾਂ ਨੇ ਭਰੋਸਾ ਦਿੱਤਾ ਮੈਨੂੰ ਤੁਸੀਂ ਬੇਸ਼ੱਕ ਆਓ ਹਰੇਕ ਕਿਉਂਕਿ ਮੈਂ ਤਾਂ ਉਹਨਾਂ ਦੱਸਿਆ ਵੀ ਮੈਂ ਆਉਂਦਾ ਹਰੇਕ ਵਾਰੀਆਂ ਪਰ ਮੈਂ ਕਦੇ ਕੋਰਟ ਦੇ ਵਿੱਚ ਘੱਟ ਆਉਣਾ ਯਾਨੀ ਤੇ ਅੱਜ ਮੈਂ ਮਨ ਦੀ ਇੱਛਾ ਸੀਗੀ ਵੀ ਜੱਫਾ ਦੇ ਦਰਸ਼ਨ ਕਰਕੇ ਆਈਏ ਤੇ ਆਪਣੀ ਜਿਹੜੀ ਅਰਜੀ ਹੈ ਆਪਦੀ ਬੇਨਤੀ ਹੈ ਜਿਹੜੀ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਕਰਕੇ ਆਵਾਂ ਤਾਂ ਮੈਡਮ ਨੇ ਵਰੀਆ ਰਲਾਈਜ਼ ਕੀਤਾ ਇਸ ਗੱਲ ਨੂੰ ਵੀ ਕੋਈ ਗੱਲ ਨਹੀਂ ਸਾਡੇ ਧਿਆਨ 'ਚ ਹੈ ਵੀ ਤੁਸੀਂ ਚਿੰਤਾ ਨਾ ਕਰੋ ਅਸੀਂ ਬਹੁਤ ਜਲਦੀ ਕਰਾਂਗੇ ਭਾਈ ਇੱਥੇ ਭਾਰਤ ਦੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਵੀਰਵਾਨ ਨੂੰ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਦੇ ਨਿਰਮਾਣ ਦਾ ਜਾਇਜ਼ਾ ਲੈਣ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ ਇੱਥੇ ਪਹੁੰਚੇ ਨਿਤਿਨ ਗੜਕਰੀ ਨੇ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਐਸਜੀਪੀਸੀ ਨੇ ਕੇਂਦਰੀ ਮੰਤਰੀ ਨੂੰ ਸੂਚਨਾ ਕੇਂਦਰ ਵਿਖੇ ਸਨਮਾਨਿਤ ਵੀ ਕੀਤਾ ਨਿਤਿਨ ਗੜਕਰੀ ਨੇ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਨਿਰਮਾਣ ਕਾਰਜਾਂ ਦਾ ਜਾਇਜ਼ਾ ਪੰਜਾਬ ਦੀਆਂ ਦੋ ਅਹਿਮ ਪਰੇਸ਼ਾਨੀਆਂ ਦਾ ਹੱਲ ਵੀ ਦੱਸਿਆ ਜਿਸ ਦੇ ਵਿੱਚ ਇੱਕ ਐਸਵਾਈਐਲ ਦਾ ਵਿਵਾਦ ਤੇ ਦੂਸਰਾ ਪਰਾਲੀ ਦੀ ਪਰੇਸ਼ਾਨੀ ਅੰਮ੍ਰਿਤਸਰ ਕਟੜਾ ਨਵੀਂ ਦਿੱਲੀ ਐਕਸਪ੍ਰੈਸ ਹਾਈਵੇ ਦਾ ਨਿਰਮਾਣ ਕਰਨ ਨਿਰਮਾਣ ਦਾ ਨਿਰੀਖਣ ਕਰਨ ਦੇ ਲਈ ਅੰਮ੍ਰਿਤਸਰ ਕਟੜਾ ਤੋਂ ਨਵੀਂ ਦਿੱਲੀ ਐਕਸਪ੍ਰੈਸ ਹਾਈਵੇ ਦਾ ਹਾਈਵੇ ਦੇ ਨਿਰਮਾਣ ਦਾ ਨਿਰੀਖਣ ਕਰਨ ਪਹੁੰਚੇ ਗੜਕਰੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ ਨਿਤਿਨ ਗੜਕਰੀ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਸੂਬਿਆਂ ਨੂੰ ਜਾ ਰਿਹਾ ਹੈ ਤੇ ਜੇ ਅਸੀਂ ਇਸ ਪਾਣੀ ਨੂੰ ਚੈਨਲਾਈਜ਼ ਕਰ ਦਿੰਦੇ ਹਾਂ ਤਾਂ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਨੂੰ ਵੀ ਤਰੀਕੇ ਨਾਲ ਪਾਣੀ ਦੇ ਸਕਦੇ ਹਾਂ ਇਸ ਦੌਰਾਨ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਰੋਪਵੇ ਦਾ ਵੀ ਐਲਾਨ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਨਸੀਹਤ ਦਿੱਤੀ ਕਿ ਹਮੇਸ਼ਾ ਭਵਿੱਖ ਦੀ ਪਲੈਨਿੰਗ ਕਰਿਆ ਕਰੋ ਪਰਾਲੀ ਨੂੰ ਕਹਿੰਦੇ ਸਾੜਨ ਦੀ ਕੋਈ ਲੋੜ ਨਹੀਂ ਇਸ ਦੇ ਨਾਲ ਐਥਨੋਲ ਵੀ ਤਿਆਰ ਹੋ ਸਕਦਾ ਹੈ ਕੁੱਲ ਮਿਲਾ ਕੇ ਕੇਂਦਰ ਸਰਕਾਰ ਹੈ ਜਿਹੜੀ ਉਹ ਹਰਿਆਣਾ ਦੇ ਪੱਖ ਵਿੱਚ ਹੀ ਭੁਗਤ ਰਹੀ ਹੈ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਇੰਦਰਾ ਕਨਾਲ تھا ਬਾਦਲ ਸਾਹਿਬ ਮੇਰੇ ਪਾਸ ਅਕਸਰ ਆਤੇ تھے ਕਿ ਉਹ ਪਾਰ ਕਨਾਲ ਫੁੱਟਿਆ تھا ਅਨੇਕ ਜ਼ਿਲ੍ਹਿਆਂ ਮੇ ਪਾਣੀ ਕਰਕੇ ਜ਼ਮੀਨ ਬੰਜਰ ਬਣ ਗਈ ਥੀ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਨਾਲ ਸਾਡੀ ਹਫ਼ਤੇ ਚ ਇੱਕਦੀ ਵਾਰ ਗੱਲ ਹੋ ਹੀ ਜਾਂਦੀ ਹੈ ਕੇਂਦਰੀ ਮੰਤਰੀ ਨਿਤਿਨ ਨਿਤਨ ਗੜਕਰੀ ਦੇ ਨਾਲ ਉਹਨਾਂ ਨੇ ਉੱਤਰੀ ਭਾਰਤ ਦੇ ਵਿਕਾਸ ਮਾਰਗ ਦਿੱਲੀ ਕਟੜਾ ਐਕਸਪ੍ਰੈਸਵੇ ਦੇ ਕੰਮਕਾਜ ਦਾ ਜਾਇਜ਼ਾ ਲਿਆ ਤੇ ਬਹੁਤ ਛੇਤੀ ਐਕਸਪ੍ਰੈਸਵੇ ਪਾਤਵਾਰਸੀਆਂ ਨੂੰ ਸਮਰਪਿਤ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕਹਿੰਦੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਦਿੱਤਾ ਜਾ ਰਿਹਾ ਹੈ ਜਿਵੇਂ ਹੀ ਐਕਸਪ੍ਰੈਸਵੇ ਚਾਲੂ ਹੋਏਗਾ ਰੋਜ਼ਗਾਰ ਵਪਾਰ ਤੇ ਕਾਰੋਬਾਰ ਦੇ ਵੱਡੇ ਮੌਕੇ ਖੁੱਲਣਗੇ ਇੰਡਸਟਰੀ ਵੀ ਅਬ ਹਮਾਰੇ ਪਾਸ ਇਸੇ ਲਈ ਜ਼ਿਆਦਾ ਇੰਡਸਟਰੀ ਆ ਰਹੀ ਹੈ ਕਿਉਂਕਿ ਸਰ ਨੈਸ਼ਨਲ ਕੈਪੀਟਲ ਸੇ ਸਿਰਫ 2.5 ਘੰਟੇ ਦੀ ਦੂਰੀ ਪਰ ਹੈ ਹਮ ਬਾਈ ਰੋਡ ਬਾਈ 에ਅਰ ਤੋਂ ਯਹਾਂ ਸੇ ਆਪ ਅਗਰ ਉਹ ਦੇ ਦੋਗੇ ਹਮੇ 600 ਕਿਲੋਮੀਟਰ ਵਾਲੀ ਜੋ ਕੈਪਸੂਲ ਆਪਨੇ ਦਿਖਾਇਆ ਹੈ ਅਗਰ ਉਹ ਮਿਲ ਜਾਏਗਾ ਹਮੇ ਤੋ हम बाई एयर और उसको क्या बोलेंगे मुझे नहीं पता कि हमारा रास्ता पैंतीस मिनट का ही है यहाँ से भी पैंतीस चालीस मिनट दिल्ली है और मोहाली से भी पैंतीस चालीस मिनट ही दिल्ली है शाम नितिन गडकरी ने अटालीस राहत देश का सब तो उच्चा ਰੰਗਾ ਵੀ ਲਹਿਰਾਇਆ ਇਹ ਝੰਡਾ ਇੱਥੇ ਠਾਰੀ ਵਾਗਾ ਸਾਂਧੀ ਚੈੱਕਪੋਸਟ ਦੇ ਨੇੜੇ ਸਥਾਪਿਤ ਕੀਤਾ ਗਿਆ ਮੰਗਰੋ ਉਹਨਾਂ ਨੇ ਰਿਟਰੀਟ ਸੈਰੇਮਨੀ ਵੀ ਦੇਖੀ ਤੇ ਅਮ੍ਰਿਤਸਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਸੀਨੀਅਰ ਕਾਂਗਰਸੀ ਲੀਡਰ ਮਜੀਠੀਆ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ ਨੇ 2022 ਦੇ ਵਿੱਚ ਕਾਂਗਰਸ ਦੀ ਟਿਕਟ ਤੇ ਮਜੀਠਾ ਲ ਕੇ ਤੋਂ ਚੋਣ ਲੜੀ ਸੀ ਪਰ ਹੁਣ ਇਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪਾਰਟੀ ਦੇ ਵਿੱਚ ਸ਼ਾਮਲ ਵਲ ਕਰਵਾਇਆ ਹੈ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਿਹਾਈ ਤੇ ਅਦਾਲਤ ਨੇ ਰੋਕ ਲਾ ਦਿੱਤੀ ਅਸਲ ਵਿੱਚ ਪੁਲਿਸ ਨੇ ਕੁਲਬੀਰ ਜ਼ੀਰਾ ਖਿਲਾਫ ਇੱਕ ਹੋਰ ਧਾਰਾ ਜੋੜ ਦਿੱਤੀ ਹੈ ਧਾਰਾ 107 151 ਹੈ ਇਸ ਤੋਂ ਪਹਿਲਾਂ ਜ਼ੀਰਾ ਖਿਲਾਫ ਸਰਕਾਰੀ ਦਫਤਰ ਦੇ ਵਿੱਚ ਦਾਖਲ ਹੋਰ ਕੇ ਦੁਰਵਿਵਹਾਰ ਅਤੇ ਕੰਮ ਦੇ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਜ਼ੀਰਾ ਨੇ ਕਿਹਾ ਕਿ ਜੇ ਜ਼ਮਾਨਤ ਨਾ ਮਿਲੀ ਤਾਂ ਉਹ ਹਾਈ ਕੋਰਟ ਤੱਕ ਪਹੁੰਚ ਕਰਨਗੇ ਹਾਲਾਂਕਿ ਪਹਿਲਾਂ ਇੱਕ ਮਾਮਲੇ ਦੇ ਵਿੱਚ ਜ਼ੀਰਾ ਨੂੰ ਜ਼ਮਾਨਤ ਮਿਲ ਗਈ ਸੀ ਪਰ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਉਹ ਰਿਹਾਨ ਨਹੀਂ ਹੋ ਸਕੇ ਕਿਉਂਕਿ 7 151 ਦਾ ਜਿਹੜਾ ਦੀ ਜਿਹੜੀ ਧਾਰਾ ਹੈ ਉਹ ਉਹਨਾਂ ਦੇ ਕੇਸ ਵਿੱਚ ਜੋੜ ਦਿੱਤੀ ਗਈ ਹੈ ਸਾਬਕਾ ਵਿਧਾਇਕ ਜ਼ੀਰਾ ਇਸ ਵਕਤ ਰੂਪਨਗਰ ਜੇਲ੍ਹ ਦੇ ਵਿੱਚ ਬੰਦ ਨੇ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਦੀ ਰਿਹਾਈ ਵੀਰਵਾਰ ਨੂੰ ਹੋਣੀ ਸੀ ਕਈ ਕਾਂਗਰਸੀ ਲੀਡਰ ਸਵਾਗਤ ਕਰਨ ਲਈ ਵੀ ਪਹੁੰਚੇ ਸੀ ਪਰ ਰਿਹਾਈ ਹੁਣ ਟਲ ਗਈ ਹੈ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਬੰਦੀ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਅਦਾਲਤ ਦੇ ਵਿੱਚ ਵੀ ਵਿਰੋਧ ਕੀਤਾ ਹੈ 1993 ਦੇ ਦਿੱਲੀ ਬੰਬ ਧਮਾਕੇ ਦੇ ਵਿੱਚ ਸਜ਼ਾ یافتਾ ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਦੀ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਰਹੀ ਹੈ ਸਰਕਾਰ ਨੇ ਸੁਣਵਾਈ ਦੌਰਾਨ ਕਿਹਾ ਕਿ ਭੁੱਲਰ ਨੂੰ ਦਿੱਲੀ ਦੀ ਟਾਡਾ ਅਦਾਲਤ ਨੇ ਸਜ਼ਾ ਸੁਣਾਈ ਸੀ ਇਸ ਲਈ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਯੋਗ ਹੈ ਹੀ ਨਹੀਂ ਦਿੱਲੀ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਤੱਕ ਕੀਤੀ ਹੈ। ਭੁੱਲਰ ਨੇ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਇਸ ਵਕਤ ਤੋ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨੇ 23 ਸਾਲ 11 ਮਹੀਨੇ ਤੇ 21 ਦਿਨ ਉਹ ਜੇਲ੍ਹ ਦੇ ਵਿੱਚ ਕੱਟ ਚੁੱਕੇ ਨੇ। ਇਸ ਕਰਕੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਹ ਲਾਭ ਦਿੱਤਾ ਜਾਣਾ ਕਿਉਂਕਿ ਦਿੱਲੀ ਜੇਲ੍ਹ ਨਿਯਮਾ 218 ਦੇ ਮੁਤਾਬਿਕ ਅਸਲ ਸਜ਼ਾ 14 ਸਾਲ ਤੇ ਕੁੱਲ ਕੈਦ 20 ਸਾਲ ਦੀ ਹੋਣੀ ਚਾਹੀਦੀ ਹੈ। ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ 31 ਮਾਰਚ 2014 ਨੂੰ ਉਮਰਕੈਦ ਦੇ ਵਿੱਚ ਬਦਲ ਦਿੱਤਾ ਸੀ ਸਰਵਿੰਨ ਕੇਜੀਵਾਲ ਦੀ ਸਰਕਾਰ ਦੇ ਵੱਲੋਂ ਅਦਾਲਤ ਦੇ ਵਿੱਚ ਭੁੱਲਾ ਦੇ ਰਿਹਾਈ ਦਾ ਵਿਰੋਧ ਕੀਤਾ ਜਾਂਦੇ ਵੀ ਸਿਆਸਤ ਭਖ ਰਹੀ ਹੈ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕਰਕੇ ਜਵਾਬ ਮੰਗੇ ਨੇ ਸੀਨੀਅਰ ਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਭਗਵੰਤ ਮਾਨ ਜੀ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਫਿਰ ਤੋਂ ਬੰਦੀ ਸਿੰਘ ਪ੍ਰੋਫੈਸਰ ਭੁੱਲਾ ਦੀ ਰਿਹਾਈ ਦਾ ਵਿਰੋਧ ਕਰ ਦਿੱਤਾ ਹੈ ਸਿੱਖਾਂ ਨਾਲ ਉਹਨਾਂ ਦੀ ਨਫ਼ਰਤ ਹੁਣ ਤਾਂ ਜਗ ظاہر ਹੋ ਗਈ ਹੈ ਕਿ ਤੁਸੀਂ ਇਸ ਮਾਮਲੇ ਤੇ ਆਪਣੀ ਚੁੱਪੀ ਤੋੜੋਗੇ ਆਖਿਰ ਬੰਦੀ ਸਿੰਘਾਂ ਦੀ ਰਿਹਾਈ ਤਾਂ ਸਮੁੱਚੇ ਪੰਜਾਬੀਆਂ ਦੀ ਹੀ ਮੰਗ ਹੈ ਨਾ ਪੰਜਾਬ ਦੇ ਸਾਬਕਾ ਪੁਲਿਸ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਹੀ ਭਗਵੰਤਮਾਨ ਸਰਕਾਰ ਦੇ ਖਿਲਾਫ ਖੁੱਲ ਕੇ ਡੱਟ ਗਏ ਨੇ। ਉਹਨਾਂ ਨੇ ਬੇਅਦਬੀ ਅਤੇ ਗੋਲੀकांड ਵਿੱਚ ਇਨਸਾਫ ਛੋਹ ਰਹੀ ਦੇਰੀ ਲਈ ਇਸ ਵਾਰੀ ਸਿੱਧਾ-ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈਂਦਿਆਂ ਗੰਭੀਰ ਸਵਾਲ ਖੜੇ ਕੀਤੇ ਨੇ। ਕੁਮਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਮਾਨ ਦਾ ਪੁਰਾਣਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਜਦੋਂ ਮੈਂ ਆਈਪੀਐਸ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ April 2021 ਦੇ ਵਿੱਚ ਮੈਂ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਿਆ ਤੇ ਸਿਆਸਤ ਦਾ ਸ਼ਿਕਾਰ ਹੋ ਗਿਆ। ਅੱਜ ਸਿੱਟ ਤੁਹਾਡੀ ਐ ਹੋਮ ਮਿਨਿਸਟਰ ਵੀ ਤੁਸੀਂੋਂ ਗਵਾਹਾਂ ਨੂੰ ਸਿੱਟ ਮੁਕਰਾ ਰਹੀ ਹੈ ਦੁਬਾਰਾ ਉਹਨਾਂ ਨੂੰ ਬਿਆਨ ਉਹਨਾਂ ਦੇ ਬਿਆਨ ਕਰਾਏ ਜਾ ਰਹੇ ਨੇ ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਮੈਂ ਨਿੱਜੀ ਵਕੀਲਾਂ ਨੂੰ ਨਾਲ ਲੈ ਕੇ ਅਦਾਲਤਾਂ ਵਿੱਚ ਪੈਰਵਾਈ ਕਰ ਰਿਹਾ ਮੈਨੂੰ ਜਾਣ ਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਦੋਸ਼ੀ ਸਰਕਾਰੀ ਤੰਤਰ ਤੇ ਹਾਵੀ ਹੋ ਗਏ ਨੇ ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ ਪਰ ਆਖਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ ਮੇਰੀ ਜੰਗ ਜਾਰੀ ਰਹੇਗੀ ਹਰ ਤਸ਼ੱਦਦ ਸਹਿਣ ਲਈ ਤਿਆਰ ਹਾਂ ਹੁਣ ਤੱਕ ਕਮਰਜੀ ਪ੍ਰਤਾਪ ਸਿੰਘ ਦਬੀ ਜ਼ੁਬਾਨ ਦੇ ਵਿੱਚ ਹੀ ਵਿਰੋਧ ਕਰਦੇ ਸੀ ਪਰ ਐਤ ਕੀ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਉਹ ਸਿੱਧਾ ਤੇ ਸਪਸ਼ਟ ਕੀਤਾ ਹੈ ਅੰਮ੍ਰਿਤਸਰੀ ਕੁਲਚਿਆਂ ਨੂੰ ਲੈ ਕੇ ਵੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਇਸ ਤੇ ਚਲਦੇ ਹੁਣ ਕੁਲਚਾ ਲੈਂਡ ਦਾ ਮਾਲਕ ਸਾਹਮਣੇ ਆਇਆ ਹੈ ਜਿਹਦੀ ਦੁਕਾਨ ਦੇ ਵਿੱਚ ਬਹਿ ਕੇ ਤਿੰਨ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਕੁਲਚੇ ਖਾਦੇ ਸੀ ਦੁਕਾਨ ਮਾਲਕ ਨੇ ਕਿਹਾ ਕਿ ਪਿਛਲੇ ਮਹੀਨੇ 13 ਜਾਂ 14 ਤਰੀਕ ਨੂੰ ਮੰਤਰੀ ਬਿਨਾਂ ਸ਼ੱਕ ਸਾਡੇ ਕੋਲ ਆਏ ਸੀ ਦੁਕਾਨ ਦੀ ਹੋਟਲ ਦੀ ਬੇਸਮੈਂਟ ਦੇ ਵਿੱਚ ਬਹਿ ਕੇ ਉਹਨਾਂ ਨੇ ਕੁਲਚੇ ਖਾਦੇ ਸੀ ਕੁਲਚਾ ਲੈਂਡ ਦੀ ਬੇਸਮੈਂਟ ਦੇ ਵਿੱਚ ਬਹਿ ਕੇ ਤੇ ਜਾਣ ਲੱਗਿਆ ਪੂਰੇ ਪੈਸੇ ਵੀ ਦੇ ਕੇ ਗਏ ਸੀ ਇਹ ਮੰਤਰੀ ਜਦੋਂ ਐਮਐਲਏ ਵੀ ਨਹੀਂ ਬਣੇ ਸੀ ਉਦੋਂ ਵੀ ਸਾਡੇ ਕੋਲ ਆਉਂਦੇ ਹੁੰਦੇ ਸੀ ਕੁਲਚੇ ਖਾ ਕੇ ਜਾਂਦੇ ਸੀ ਦਰਅਸਲ ਪਿਛਲੇ ਦਿਨੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਸੀ ਕਿ ਇਹਨਾਂ ਤਿੰਨ ਮੰਤਰੀਆਂ ਨੇ ਕੁਲਚੇ ਕਿਤੇ ਕਿਤੋਂ ਹੋਰ ਲਏ ਤੇ ਖਾਦੇ ਇੱਕ ਹੋਟਲ ਦੇ ਵਿੱਚ ਬੈ ਕੇ ਤੇ ਉਸ ਕਮਰੇ ਦੇ ਵਿੱਚ ਹੋਟਲ ਦੇ ਕਮਰੇ ਦੇ ਵਿੱਚ ਬੈ ਕੇ ਜਦੋਂ ਇਹਨਾਂ ਨੇ ਕੁਲਚੇ ਖਾਦੇ ਹੋਟਲ ਵਾਲਿਆਂ ਨੇ ਕਿਰਾਇਆ ਮੰਗਿਆ ਕਮਰੇ ਦਾ ਤਾਂ ਇਹਨਾਂ ਨੇ ਦਿੱਤਾ ਨਹੀਂ ਉਲਟਾ ਹੋਟਲ ਨੂੰ ਵੱਖ-ਵੱਖ ਤਰ੍ਹਾਂ ਦੇ ਨੋਟਿਸ ਭੇਜਵਾਉਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਚੈਲੰਜ ਕੀਤਾ ਸੀ ਕਿ ਜੇ ਕੋਈ ਵੀ ਚਾਹੇ ਵਿਕਰਮ ਸਿੰਘ ਮੁਜੀਠੀਆ ਚਾਹੇ ਪੱਤਰਕਾਰ ਸਾਬਤ ਕਰ ਦੇਣ ਕਿ ਅਸੀਂ ਉੱਥੇ ਬਹਿ ਕੇ ਕੁਲਚੇ ਖਾਦੇ ਨੇ ਤਾਂ ਕਹਿੰਦੇ ਮੈਂ ਸਿਆਸਤ ਛੱਡ ਦਿਆਂਗਾ ਤੇ ਹੁਣ ਕੁਲਚਾ ਲੈਂਡ ਦੇ ਮਾਲਕ ਨੇ ਸਾਹਮਣੇ ਆ ਕੇ ਜਿਹੜਾ ਬਿਆਨ ਦਿੱਤਾ ਹੈ ਉਹ ਕੈਬਨਿਟ ਮੰਤਰੀਆਂ ਦੇ ਪੱਖ ਦੇ ਵਿੱਚ ਹੈ ਦੂਸਰੇ ਪਾਸੇ ਵਿਕਰਮ ਸਿੰਘ ਮਜਰੀਠੀਆ ਫੇਰ ਕਹਿ ਰਹੇ ਨੇ ਕਿ ਮੇਰੇ ਕੋਲ ਸਾਰੇ ਸਬੂਤ ਨੇ ਪਟਿਆਲਾ ਦੇ ਵਿੱਚ ਵੀਰਵਾਰ ਤੜਕੇ ਵੱਡੀ ਬਾਦ ਦਾ ਤਵਾਪਰੀ ਪਾਸੀ ਰੋਡ ਇਲਾਕੇ ਵਿੱਚ ਤੜਕੇ-ਤੜਕੇ ਸੈਰ ਤੇ ਨਿਕਲੇ ਸਾਬਕਾ ਬੈਂਕ ਮੈਨੇਜਰ ਦਾ ਤੇਜ਼ ਧਾਰ ਹਥਿਆਰ ਦੇ ਨਾਲ ਖਾਤਮਾ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਬਲਵੀਰ ਸਿੰਘ ਚਾਹਲਵਜੋ ਹੋਈ ਹੈ ਜੋ ਸਾਬਕਾ ਬੈਂਕ ਮੈਨੇਜਰ ਹੈ ਮ੍ਰਿਤਕ ਦੀ ਉਮਰ ਕਰੀਬ 67 ਸਾਲ ਸੀ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਅਮਰੀਕਾ ਦੇ ਸੂਬੇ ਨਿਊ ਜਰਸੀ ਦੇ ਸ਼ਹਿਰ ਹੋਵੋਕੈਂਡ ਦੇ ਸਿੱਖ ਮੇਅਰ ਰਵੀ ਪੱ ਜਾਨੂ ਨਸਲਵਾਦ ਤਹਿਤ ਪਰਿਵਾਰ ਸਮੇਤ ਜਾਨੋਮਾਰ ਦੀਆਂ ਧਮਕੀਆਂ ਮਿਲਣ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ ਇੱਕ ਬਿਆਨ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਿੱਖ ਫਲਸਫਾ ਅੰਤਰ ਧਰਮ ਸਤਿ ਭਾਵਨਾ ਤੇ ਆਲਮੀ ਭਾਈਚਾਰੇ ਦਾ ਸਭ ਤੋਂ ਵੱਡਾ ਮੁੱਦਾ ਹੀ ਹੈ ਪਰ ਇਸ ਦੇ ਬਾਵਜੂਦ ਵਿਦੇਸ਼ਾਂ ਦੇ ਵਿੱਚ ਸਿੱਖਾਂ ਨਾਲ ਪਛਾਣ ਦੇ ਭੁਲੇਖੇ ਕਾਰਨ ਜਾਂ ਨਸਲੀ ਨਫ਼ਰਤ ਕਰਨ ਵਧ ਰਹੇ ਅਪਰਾਧ ਦੁਖਦਾਈ ਨੇ ਉਨਾ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਥਿਤ ਅਮਰੀਕਾ ਦੇ ਦੂਤਾਵਾਸ ਕੋਲ ਸਿੱਖ ਮੇਅ ਰਵੀ ਪੱਲਾ ਨੂੰ ਨਸਲੀ ਧਮਕੀਆਂ ਮਿਲਣ ਦੀ ਘਟਨਾ ਸਬੰਧੀ ਸਿੱਖ ਭਾਵਨਾਵਾਂ ਦਰਜ ਕਰਵਾਉਣੀਆਂ ਚਾਹੀਦੀਆਂ ਨੇ ਅਜਿਹੇ ਹਮਲੇ ਰੋਕਣ ਦੀ ਮੰਗ ਕਰਨੀ ਚਾਹੀਦੀ ਹੈ ਉਧਰ ਜਥੇਦਾਰ ਹਵਾਰਾ ਕਮੇਟੀ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਵਾਉਣ ਦੇ ਲਈ ਨਸ਼ਾ ਮੁਕਤ ਕਰਨ ਦੇ ਲਈ ਜਿਹੜੀ ਅਰਦਾਸ ਕੀਤੀ ਗਈ ਹੈ ਸ਼੍ਰੀ ਕਾਲ ਤੱਕ ਸਹਿਵਿਖੇ ਅਰਦਾਸ ਕੀਤੀ ਅਰਦਾਸ ਕੀਤੀ ਗਈ ਹੈ ਉਹ ਬਹੁਤ ਹੀ ਚੰਗਾ ਉਪਰਾਲਾ ਹੈ ਸ਼ਲਾਗਾ ਯੋਗ ਉਪਰਾਲਾ ਹੈ ਤੇ ਹੁਣ ਇਸ ਅਰਦਾਸ ਤੋਂ ਬਾਅਦ ਪੰਜਾਬ ਨੂੰ ਸ਼ਰਾਬ ਬੰਦੀ ਦਾ ਸੂਬਾ ਐਲਾਨਿਆ ਜਾਵੇ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਐਲਾਨ ਕੀਤਾ ਹੈ ਕਿ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਇੱਕ ਮੁਫਤ ਐਲਪੀਜੀ ਸਿਲੰਡਰ ਦਿੱਤਾ ਜਾਊਗਾ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਕਰੀਬ 1 ਕਰੋੜ 75 ਲੱਖ ਪਰਿਵਾਰਾਂ ਫਾਇਦਾ ਹੋਵੇਗਾ ਮੁੱਖ ਮੰਤਰੀ ਨੇ ਐਲਾਨ ਬੁਲੰਦ ਸ਼ਹਿਰ ਦੇ ਵਿੱਚ ਕੀਤਾ ਕੇਂਦਰ ਸਰਕਾਰ ਨੇ ਵੀ ਦਿਵਾਲੀ ਤੋਂ ਪਹਿਲਾਂ ਬੋਨਸ ਦਾ ਐਲਾਨ ਕੀਤਾ ਹੈ ਅਰਧ ਸੈਨਿਕ ਬਲਾਂ ਦੇ ਗਰੁੱਪ ਸੀ ਤੇ ਨਾਨ ਗੈਜਟਿਡ ਗਰੁੱਪ ਬੀ ਰੈਂਕ ਦੇ ਕਰਮਚਾਰੀਆਂ ਲਈ ਦਿਵਾਲੀ ਬੋਨਸ ਦਾ ਐਲਾਨ ਕੀਤਾ ਹੈ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ 7000 ਰੁਪਏ ਦੀ ਅਧਿਕਤਮ ਸੀਮਾ ਦੇ ਨਾਲ ਦਿਵਾਲੀ ਬੋਨਸ ਨੂੰ ਮਨਜ਼ੂਰੀ ਦਿੱਤੀ ਹੈ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਕਿਹਾ ਕਿ ਸਰਕਾਰ ਨੇ 2022 ਤੇ ਲਈ ਬੋਨਸ ਦੀ ਹੱਦ 7000 ਰੁਪਏ ਤੈਅ ਕੀਤੀ ਹੈ ਭਾਰਤ ਵਿੱਚ ਸੰਮਲੰਗੀ ਵਿਆਹ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਇੱਕ ਸੰਮਲੰਗੀ ਵਕੀਲ ਜੋੜੇ ਨੇ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੁਪਰੀ ਕੰਪਲੈਕਸ ਦੇ ਸਾਹਮਣੇ ਮੰੁੰਦਰੀਆਂ ਪਾ ਕੇ ਇੱਕ ਦੂਸਰੇ ਨੂੰ ਪਿਆਰ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਲੜਾਈ ਜਾਰੀ ਰਹੇਗੀ ਇਹਨਾਂ ਵਿੱਚੋਂ ਇੱਕ ਦਾ ਨਾਮ ਅਨੰਨਿਆ ਕੋਟੀਆ ਹੈ ਦੂਜੇ ਦਾ ਨਾਮ ਉਤਕਰਸ਼ ਸਖਸੈਨਾ ਹੈ ਦੋਵਾਂ ਨੇ 18 ਅਕਤੂਬਰ ਨੂੰ ਇੱਕ ਦੂਜੇ ਦੇ ਅੰਗੂਠੀ ਪਾ ਕੇ ਮੰਗਣੀ ਕੀਤੀ ਸੁਪਰੀਮ ਕੋਰਟ ਦੇ ਸਾਹਮਣੇ ਦਿੱਲੀ ਦੀ ਅਦਾਲਤ ਨੇ ਦਿੱਲੀ ਆਪਕਾਰੀ ਨੀਤੀ ਮਾਮਲੇ ਚ ਸੀਬੀਆਈ ਕੇਸ ਦੀ ਸੁਣਵਾਈ 22 ਨਵੰਬਰ ਤੱਕ ਮੁਲਤਵੀ ਕਰਦਿਆਂ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸੋਦੀਆ ਦਾ ਜੁਡੀਸ਼ੀਅਲ ਰਿਮਾਂਡ ਅਗਲੀ ਸੁਣਵਾਈ ਤੱਕ ਵਧਾ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਘੁਬਰ ਦਾਸ ਨੂੰ ਉੜੀਸਾ ਤੇ ਇੰਦਰਾ ਸੈਨਾ ਰੈਡੀ ਨੱਲੂ ਨੂੰ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ ਕਿ ਯੂਏਪੀਏ ਤਹਿਤ ਕੀਤੀ ਗ੍ਰਿਫਤਾਰੀ ਦੇ ਖਿਲਾਫ ਨਿਊਜ਼ ਕਲਿੱਕ ਦੇ ਸੰਸਥਾਪਕ ਪਰਵੀਰ ਪ੍ਰਕਾਸ਼ ਅਤੇ ਐਚਆਰ ਹੈੱਡ ਅਮਿਤ ਚੱਕਰਵਰਤੀ ਦੀ ਪਟੀਸ਼ਨ ਜਵਾਬ ਮੰਗਿਆ ਹੈ ਬੈਂਚ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ 30 ਅਕਤੂਬਰ ਤੱਕ ਜਵਾਬ ਮੰਗਿਆ ਹੈ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾਦਲ ਸੈਕੂਲਰ ਦੇ ਲੀਡਰ ਐਚ. ਡੀ. ਦੇਵ ਗੋੜਾ ਨੇ ਅੱਜ ਸੀਐਮ ਇਬਰਾਹਿਮ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ। ਸੀਐਮ ਇਬਰਾਹਿਮ ਜੀਡੀਐਸ ਦੀ ਕਰਨਾਟਕਾ ਇਕਾਈ ਦੇ ਪ੍ਰਧਾਨ ਸਨ। ਦੇਵ ਗੋੜਾ ਸਰਕਾਰ ਦੇ ਵਿੱਚ ਉਹ ਕੇਂਦਰੀ ਮੰਤਰੀ ਵੀ ਰਹੇ। ਸੀਐਮ ਇਬਰਾਹਿਮ ਨੇ ਕਰਨਾਟਕ ਵਿੱਚ ਜੀਡੀਐਸ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦਾ ਵਿਰੋਧ ਕੀਤਾ ਸੀ। ਟੈਲੀਕਾਮ ਕੰਪਨੀ ਨੋਕੀਆ ਆਪਣੇ ਖਰਚਿਆਂ ਨੂੰ ਘਟਕਾਣ ਦੇ ਲਈ 2026 ਤੱਕ 9000 ਤੋਂ ਲੈ ਕੇ 14000 ਨੌਕਰੀਆਂ ਦੀ ਕਟੌਤੀ ਕਰੇਗੀ। ਜੁਲਾਈ ਤੋਂ ਸਤੰਬਰ ਦਰਮਿਆਨ 20% ਦੀ ਗਿਰਾਵਟ ਕੰਪਨੀ ਨੇ ਦਰਜ ਕੀਤੀ ਹੈ। ਇਸ ਉੱਤਰੀ ਅਮਰੀਕੀ ਬਾਜ਼ਾਰ ਵਿੱਚ 5G ਉਪਕਰਨਾਂ ਦੀ ਮੰਗ ਦੀ ਕਮੀ ਨੂੰ ਦੱਸਿਆ ਹੈ Nokia ਦੇ ਇਸ ਵਕਤ ਦੁਨੀਆ ਭਰ ਦੇ ਵਿੱਚ 86000 ਕਰਮਚਾਰੀ ਨੇ 2015 ਤੋਂ ਕੰਪਨੀ ਨੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਆਲਰੇਡੀ ਕੱਢ ਦਿੱਤਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ICC ਕ੍ਰਿਕਟ ਵਿਸ਼ਵ ਕੱਪ ਲਈ ਆਪਣੀ ਟੀਮ ਕੋਲ ਪਹੁੰਚਣ ਲਈ ਮੁੰਬਈ ਪੁਨੇ ਐਕਸਪ੍ਰੈਸ ਵੇ ਤੇ ਤੇਜ਼ ਰਫ਼ਤਾਰ ਕਾਰ ਚਲਾਉਣ ਕਾਰਨ ਤਿੰਨ ਚਲਾਣ ਭੁਗਤਨੇ ਪੈਣਗੇ। ਮੀਡੀਆ ਰਿਪੋਰਟ ਦੇ ਮੁਤਾਬਕ ਰੋਹਿਤ ਸ਼ਰਮਾ ਨੇ ਆਪਣੀ ਲੈਂਬਰਗਿਨੀ ਦੇ ਵਿੱਚ ਮੁੰਬਈ ਪੁਨੇ ਐਕਸਪ੍ਰੈਸ ਵੇ ਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾਈ ਤੇ ਇੱਕ ਵਾਰੀ 215 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨੂੰ ਪਾਰ ਕਰ ਲਿਆ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਰੋਹਿਤ ਦੀ ਹਾਈਵੇ ਦੇ ਤੇਜ਼ ਰਫ਼ਤਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਪੁਲਿਸ ਸਕਾਟ ਦੇ ਨਾਲ ਟੀਮ ਬੱਸ ਵਿੱਚ ਸਫ਼ਰ ਕਰਨ ਦਾ ਸੁਝਾਅ ਦਿੱਤਾ। ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਇਜ਼ਰਾਈਲ ਹਮਾਸ ਜੰਗ ਦੀ ਖਬਰ ਦੱਸਾਂਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਇਜ਼ਰਾਈਲ ਦੌਰੇ ਤੇ ਪਹੁੰਚੇ ਨੇ। 2 ਦਿਨਾਂ ਦਾ ਇਹਨਾਂ ਦਾ ਦੌਰਾ ਹੈ। ਇੱਥੇ ਇਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਦੇ ਨਾਲ ਮੁਲਾਕਾਤ ਕੀਤੀ। ਅਤੇ ਕਿਹਾ ਕਿ ਅਸੀਂ ਹਮਾਸ ਨੂੰ ਸਜ਼ਾ ਦੇਣ ਦੇ ਤੁਹਾਡੇ ਅਧਿਕਾਰ ਦਾ ਸਮਰਥਨ ਕਰਦੇ ਹਾਂ ਸੁਨਕ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਹਮਾਸ ਦੇ ਉਲਟ ਇਜ਼ਰਾਈਲ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਫਲਸਤੀਨੀ ਲੋਕ ਵੀ ਹਮਾਸ ਤੋਂ ਦੁਖੀ ਨੇ ਵਰਤਾਨੀਆਂ ਇਸ ਇਲਾਕੇ ਵਿੱਚ ਸਹਾਇਤਾ ਵਧਾਏਗਾ ਛੇਤੀ ਤੋਂ ਛੇਤੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗਾ ਇਜ਼ਰਾਈਲ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ 7 ਅਕਤੂਬਰ ਨੂੰ ਅਗਵਾ ਕੀਤੇ ਗਏ ਬੰਦਕਾਂ ਦੇ ਵਿੱਚੋਂ ਦੋ ਲੋਕ ਖਤਮ ਕਰ ਦਿੱਤੇ ਗਏ ਨੇ ਕਾਰਮੇਲਾ ਡੈਨ ਤੇ ਉਸਦੀ 12 ਸਾਲਾ ਪੋਤੀ ਨੋਆ ਡੈਨ ਨੂੰ ਨੀਰ ਓਸਕਵੋਟਸ ਤੋਂ ਅਗਵਾ ਕਰ ਲਿਆ ਗਿਆ ਸੀ ਹਾਲਾਂਕਿ ਇਜ਼ਰਾਈਲ ਦੇ ਕਾਰਗਰਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੀਆਂ ਦੇਹਾਂ ਕਿੱਥੇ ਮਿਲੀਆਂ ਨੇ ਇਜ਼ਰਾਈਲ ਨੇ ਕਿਹਾ ਕਿ ਸਾਨੂੰ ਇਹ ਦੱਸ ਕੇ ਦੁੱਖ ਹੋ ਰਿਹਾ ਹੈ ਕਿ ਨੋਆ ਤੇ ਉਸਦੀ ਦਾਦੀ ਕਾਰ ਮੇਲਾ ਦੀਆਂ ਦੇਹਾਂ ਮਿਲ ਗਈਆਂ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਇਜ਼ਰਾਈਲ ਹਮਾਸ ਸੰਘਰਸ਼ ਦੇ ਵਿੱਚ ਅਮਰੀਕਾ ਦੇ ਰੁਖ ਤੇ ਅਸਹਿਮਤੀ ਜਤਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੋਸ਼ਪਾਲ ਉਸ ਮੰਤਰਾਲੇ ਦੀ ਏਜੰਸੀ ਵਿੱਚ ਕੰਮ ਕਰਦੇ ਸੀ ਜੋ ਅਮਰੀਕਾ ਦੇ ਸਹਿਯੋਗੀਆਂ ਨੂੰ ਹਥਿਆਰਾਂ ਦੇ ਤਬਾਦਲੇ ਲਈ ਜ਼ਿੰਮੇਵਾਰ ਹੈ ਉਸਨੇ ਲਿੰਕਡਿਨ ਤੇ ਪੋਸਟ ਕਰਕੇ ਕਿਹਾ ਕਿ ਮੈਂ ਕੁਝ ਵਿਆਪਕ ਨੀਤੀਆਂ ਦੇ ਸਮਰਥਨ ਵਿੱਚ ਕੰਮ ਨਹੀਂ ਕਰ ਸਕਦਾ ਜਿਦੇ ਵਿੱਚ ਇੱਕ ਸੰਘਰਸ਼ ਦੇ ਇੱਕ ਪਾਸੇ ਹਥਿਆਰਾਂ ਦੀ ਵੱਡੀ ਸਪਲਾਈ ਹੁੰਦੀ ਹੈ ਮੇਰਾ ਮੰਨਣਾ ਹੈ ਕਿ ਫੈਸਲਾ ਛੋਟੀ ਨਜ਼ਰ ਵਾਲਾ ਬੇਇਨਸਾਫੀ ਤੇ ਵਿਨਾਸ਼ਕਾਰੀ ਹੈ ਹੁਣ ਗੱਲ ਕਰਦੇ ਹਾਂ ਇਜ਼ਰਾਈਲ ਡਿਫੈਂਸ ਫੋਰਸਸ ਦੀ ਯਾਨੀ ਕਿ ਇਜ਼ਰਾਈਲ ਦੀ ਆਰਮੀ ਦੀ ਉਸਨੇ ਕਿਹਾ ਕਿ ਉਹ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਹਾਲਾਂਕਿ ਇਸ ਵਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ ਲੈਬਨਾਨ ਦੇ ਅਲ ਮਾਇਾਦੀਨ ਟੀਵੀ ਦੀ ਖਬਰ ਦੇ ਮੁਤਾਬਿਕ ਇਜ਼ਰਾਈਲ ਨੇ ਅੱਜ ਤੜਕੇ ਦੱਖਣੀ ਲੈਬਨਾਨ ਦੇ ਦੋ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਉਧਰ ਮਿਸਰ ਨੇ ਰਫਾ ਕ੍ਰਾਸਿੰਗ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਜੋ ਗਾਜ਼ਾ ਤੱਕ ਮਨੁੱਖੀ ਸਹਾਇਤਾ ਪਹੁੰਚ ਸਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਨਾਲ ਮੁਲਾਕਾਤ ਤੋਂ ਬਾਅਦ ਵੀ ਇਹ ਐਲਾਨ ਕੀਤਾ ਸੀ ਤੇ ਹੁਣ ਮਿਸਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਹ ਵੀ ਦੱਸਿਆ ਕਿ ਮਿਸਰ ਦੇ ਰਾਸ਼ਟਰਪਤੀ ਗਾਜ਼ਾ ਪੱਟੀ ਦੇ ਲੋਕਾਂ ਤੱਕ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਲਈ 20 ਟਰੱਕਾਂ ਦੀ ਇਜਾਜ਼ਤ ਦੇਣ ਦੇ ਲਈ ਗਾਜ਼ਾ ਵਿੱਚ ਆਪਣੀ ਸਰਹੱਦ ਖੋਲਣ ਲਈ ਸਹਿਮਤ ਹੋ ਗਏ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸ਼ਨੀਚਰਵਾਨ ਨੂੰ ਮੁਲਕ ਪਰਤਣ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ ਐਵਨ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ 24 ਅਕਤੂਬਰ ਤੱਕ ਜ਼ਮਾਨਤ ਦੇ ਦਿੱਤੀ ਹੈ ਨਾਲ ਹੀ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਵੱਲੋਂ ਤੋਸ਼ਾਖਾਨਾ ਵਾਨ ਮਾਮਲੇ ਵਿੱਚ ਜਾਰੀ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਨੂੰ ਮੁਅਤਲ ਕਰ ਦਿੱਤਾ ਹੈ ਨਵਾਜ਼ ਸ਼ਰੀਫ ਦੇ 21 ਅਕਤੂਬਰ ਨੂੰ ਪਾਕਿਸਤਾਨ ਪਹੁੰਚਣ ਦੀ ਖਬਰ ਹੈ ਉਹ ਲੰਡਨ ਦੇ ਵਿੱਚ 4 ਸਾਲ ਦੀ ਸvæ ਜਲਾਵਤਨੀ ਕੱਟ ਰਹੇ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਬਰੋਵ ਉੱਤਰੀ ਕੋਰੀਆ ਦੇ ਦੌਰੇ ਤੇ ਹਨ ਲਾਬਰੋਵ ਨੇ ਉੱਤਰੀ ਕੋਰੀਆ ਦਾ ਯੂਕਰੇਨ ਵਿਰੁੱਧ ਜੰਗ ਦੇ ਵਿੱਚ ਰੂਸ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਹੈ ਲਾਬਰੋਵ ਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਚੋਈ ਸੂਨ ਹੋਈ ਦੇ ਨਾਲ ਵੀ ਮੁਲਾਕਾਤ ਕੀਤੀ ਅਮਰੀਕਾ ਨੇ ਈਰਾਨ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਅਮਰੀਕਾ ਨੇ ਈਰਾਨ ਦੇ ਬੈਲਿਸਟਿਕ ਮਜ਼ਾਇਲ ਤੇ ਡਰੋਨ ਪ੍ਰੋਗਰਾਮਾਂ ਨੂੰ ਰੋਕਣ ਲਈ ਨਵੀਆਂ ਪਾਬੰਦੀਆਂ ਲਾਈਆਂ ਨੇ ਈਰਾਨ ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬੁੱਧਵਾਰ ਨੂੰ ਖਤਮ ਹੋ ਗਈਆਂ ਜਿਸ ਤੇ ਮੱਦੇ ਨਜ਼ਰ ਅਮਰੀਕਾ ਨੇ ਇਹਨਾਂ ਪਾਬੰਦੀਆਂ ਦਾ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਈਰਾਨ ਨੂੰ ਸੰਵੇਦਨਸ਼ੀਲ ਟੈਕਨੋਲੋਜੀ ਨਾ ਵੇਚਣ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਹਮਾਸ ਦੇ ਇਜ਼ਰਾਈਲ ਤੇ ਹਮਲੇ ਵਿੱਚ ਈਰਾਨ ਦੀ ਭੂਮਿਕਾ ਦੇ ਕੋਈ ਸਬੂਤ ਨਹੀਂ ਮਿਲੇ ਪਰ ਉਹਨਾਂ ਦਾ ਕਹਿਣਾ ਹੈ ਕਿ ਈਰਾਨ ਲੰਬੇ ਸਮੇਂ ਤੋਂ ਹਮਾਸ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ ਧੰਨਵਾਦ